ਸਵਾਗਤ ਦੇਸ਼ ਵਿਦੇਸ਼ਾਂ ਵਿੱਚ بیٹھے ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ ਮੈਂ ਹਣੀਤੂ ਕਹਿੰਦੇ ਕਿ ਕਿਸੇ ਵੀ ਬੰਦੇ ਦੀ ਪਰਸਨੈਲਿਟੀ ਦੇ ਉੱਤੇ ਚਾਰ ਚੰਨ ਲਗਾਉਣ ਦੇ ਵਾਸਤੇ ਜਿੱਥੇ ਉਹਦੀ ਸ਼ਖਸੀਅਤ ਕੰਮ ਕਰਦੀ ਹੈ ਉੱਤੇ ਹੀ ਉਸਦੀ ਦਿੱਖ ਵੀ ਬਹੁਤ ਜ਼ਿਆਦਾ ਕੰਮ ਕਰਦੀ ਹੈ ਤੁਹਾਡੀ ਆਪਣੀ ਪਰਸਨੈਲਿਟੀ ਜਿਹੜੀ ਹੈ ਨਾ ਉਹ ਦੱਸਦੀ ਹੈ ਲੋਕਾਂ ਨੂੰ ਕਿ ਤੁਸੀਂ ਕੀ ਹੋ ਜਇਓ ਤੇ ਅੱਜ ਅਸੀਂ ਗੱਲਬਾਤ ਜਿਹੜੀ ਹੈ ਇਸ ਪ੍ਰੋਗਰਾਮ ਦੇ ਵਿੱਚ ਕਰਾਂਗੇ ਸ਼ਖਸੀਅਤ ਦੇ ਵਿਕਾਸ ਦੇ ਬਾਰੇ ਸੋ ਅੱਜ ਜਿਹੜੀ ਸ਼ਖਸੀਅਤ ਸਾਡੇ ਕੋਲ ਪਹੁੰਚੀ ਹੈ ਇਸ ਵਿਸ਼ੇ ਤੇ ਬਾਬਤ ਗੱਲਬਾਤ ਕਰਨ ਦੇ ਵਾਸਤੇ ਉਹ ਇੱਕ ਮਾਡਲ ਵੀ ਹੈ ਉਹ ਇੱਕ ਸੋਸ਼ਲ ਵਰਕਰ ਵੀ ਹੈ ਜਿਨੇ ਵਿਆਹ ਤੋਂ ਬਾਅਦ 3 ਐਮਏ ਕੀਤੀਆਂ ਨੇ ਸਭ ਤੋਂ ਵੱਡੀ ਗੱਲ ਇਹ ਕਿ ਜਿਨ੍ਹਾਂ ਦੇ ਬੱਚੇ ਵੀ ਕਿਤੇ ਕਿਤੇ ਵੱਡੇ ਆ ਪਰ ਦੇਖਣ ਦੇ ਵਿੱਚ ਬਿਲਕੁਲ ਨਹੀਂ ਲੱਗਦੇ ਵੀ ਬੱਚੇ ਵੱਡੇ ਵੱਡੇ ਨੇ ਔਰ ਫਿਲਮਾਂ ਦੇ ਵਿੱਚ ਜਿੱਥੇ ਕੰਮ ਕਰਦੇ ਨੇ ਉੱਤੇ ਹੀ ਜਿੰਨਾ ਕ ਮੈਂ ਜਾਣਦੀਆਂ ਜਿੰਨਿਕ ਦੇਰ ਤੋਂ ਮੈਂ ਜਾਣਦੀਆਂ ਇੱਕ ਬਹੁਤ ਹੀ ਵਧੀਆ ਤੇ ਨੇਕ ਔਰਤ ਨੇ ਜਿਹੜੇ ਕਿ ਸਾਡੇ ਸਮਾਜ ਨੂੰ ਸਹੀ ਰੂਪ ਦੇ ਵਿੱਚ ਸਹੀ ਦਸ਼ਾ ਤੇ ਸਹੀ ਦਿਸ਼ਾ ਦਿੰਦੇ ਪਏ ਨੇ ਆ ਖਾਸ ਕਰਕੇ ਚਰਨਪ੍ਰੀਤ ਕੌਰ ਸੋਸ਼ਲ ਵਰਕਰ ਸਮਾਜ ਸੇਵਿਕਾ ਔਰ ਇਹਦੇ ਨਾਲ ਨਾਲ ਇੱਕ ਐਕਟ੍ਰੈਸ ਯਾਨੀ ਕਿ ਇੱਕ ਮਾਡਲ ਦੇ ਤੌਰ ਦੇ ਉੱਤੇ ਤੇ ਫਿਲਮਾਂ ਦੇ ਵਿੱਚ ਆਪਣੀ ਅਦਾਕਾਰੀ ਦਾ ਜਲਵਾ ਬਿਖੇਰਦੇ ਪਏ ਨੇ ਤੇ ਅੱਜ ਸਾਡੇ ਕੋਲ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ ਬਹੁਤ ਬਹੁਤ ਸਵਾਗਤ ਹੈ ਸਸ਼ੀਕਲ ਸਾਰਿਆਂ ਨੂੰ ਔਰ ਦੂਰਦਰਸ਼ਨ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਸ਼ੀਕਲ ਥੈਂਕ ਯੂ ਸੋ ਮੱਚ ਮੈਮ ਬਹੁਤ ਵਧੀਆ ਲੱਗਾ ਤੁਹਾਨੂੰ ਮਿਲਕੇ ਤੁਹਾਨੂੰ ਮੈਨੂੰ ਵੀ ਬਹੁਤ ਵਧੀਆ ਲੱਗਿਆ ਤੁਸੀਂ ਬਹੁਤ ਸੋਹਣਾ ਬੋਲਿਆ ਜੀ ਇਨਸਪੀਰੇਸ਼ਨ ਜਿਹੜੇ ਕਹਿੰਦੇ ਨੇ ਇੱਕ ਬੰਦਾ ਬੰਦ ਨੂੰ ਆਪਣੇ ਆਪ ਜਿਹੜਾ ਚੰਗਾ ਬੰਦਾ ਕੋਲ ਬੈਠਾ ਹੋਵੇ ਨਾ ਤੇ ਬੰਦੇ ਨੂੰ ਆਪੇ ਆਪਣੇ ਚੰਗੀਆਂ ਸੁੱਝਣ ਲੱਗ ਪੈਂਦੀਆਂ ਹੈ ਹਨਾ ਬਹੁਤ ਸੋਹਣਾ ਕਿਹਾ ਜੀ ਤੁਸੀਂ ਬਹੁਤ ਤਾਰੀਫ ਕੀਤੀ ਥੈਂਕ ਯੂ ਜੇ ਗੱਲ ਕੀਤੀ ਜਾਵੇ ਸਕਸੈਸ ਆਫ ਮੰਤਰਾ ਲਾਈਫ ਦੀ ਹਨਾ ਕਿਵੇਂ ਕਿਵੇਂ ਬੰਦਾ ਸਕਸੈਸ ਹੁੰਦਾ ਮੈਨੂੰ ਲੱਗਦਾ ਕਿ ਤੁਹਾਡੇ ਤੋਂ ਵਧੀਆ ਤਰੀਕੇ ਨਾਲ ਕੋਈ ਵੀ ਨਹੀਂ ਦੱਸ ਸਕਦਾ 80 ਕਿਲੋ ਦਾ ਭਾਰ ਹੋਣਾ ਤੇ ਅੱਜ ਉਹ ਕੁੜੀ ਇਸ ਰੂਪ ਦੇ ਵਿੱਚ ਮੇਰੇ ਸਾਹਮਣੇ ਬੈਠੀ ਹੈ ਹਨਾ ਕਿਸ ਤਰੀਕੇ ਨਾਲ ਤੁਸੀਂ ਕਿਨੂੰ ਮੰਨਦੇ ਹੋ ਕਿ ਹਾਂ ਸਕਸੈਸ ਜਿਹੜੀ ਹੈ ਸਫਲਤਾ ਜਿਹੜੀ ਹੈ ਉਹ ਕਿਵੇਂ ਪ੍ਰਾਪਤ ਕੀਤੀ ਜਾ ਸਕਦੀ ਹੈ ਦੇਖੋ ਜੀ ਸਕਸੈਸ ਦਾ ਕੋਈ ਵੀ ਸ਼ਾਰਟਕਟ ਨਹੀਂ ਹੈ ਜਿਹੜੀ ਸ਼ਾਰਟਕਟਸ ਅਪਣਾਉਂਦੇ ਆਂ ਅਸੀਂ ਤੇ ਉਹ ਸ਼ਾਰਟ ਟਰਮ ਲਈ ਹੀ ਹੁੰਦੇ ਨੇ ਸਭ ਤੋਂ ਜ਼ਰੂਰੀ ਹੈ ਮਿਹਨਤ ਤੁਹਾਡੀ ਮਿਹਨਤ ਤੁਹਾਡੀ ਲਗਨ ਤੁਸੀਂ ਕਿੱਥੇ ਪਹੁੰਚਣਾ ਹੈ ਉਸ લક્ષ્ય ਤੇ ਜਾਣ ਦਾ ਰਾਹ ਤੁਸੀਂ ਜਿਹੜਾ ਚੁਣਦੇ ਹੋ ਨਾ ਉਹ ਬਹੁਤ ਇੰਪੋਰਟੈਂਟ ਹੈ ਸਭ ਤੋਂ ਪਹਿਲੇ ਤੇ ਦੇਖੋ ਜੀ ਤੁਸੀਂ ਕਿਹਾ ਹੀ ਹੈ ਕਿ ਮੈਂ ਕਿੱਥੋਂ ਕਿੱਥੇ ਤੱਕ ਪਹੁੰਚੀ ਆ ਇਹ ਉਹ ਪਰਮਾਤਮਾ ਜਾਣਦਾ ਹੈ ਤੇ ਮੈਂ ਸੋਚਿਆ ਨਹੀਂ ਸੀ ਕਦੀ ਵੀ ਕਿ ਅੱਜ ਮੈਂ ਇਸ ਮੰਚ ਤੇ ਆਵਾਂਗੀ ਉਹ ਵੈਗਰੂ ਜੀ ਨੇ ਮਤਲਬ ਜਦੋਂ ਉਸੇ ਕਹਿੰਦੇ ਨਾ ਸੱਚੇ ਦਿਲੋਂ ਕੋਈ ਚੀਜ਼ ਨੂੰ ਚਾਹੁੰਦੇ ਆ ਤੇ ਪਰਮਾਤਮਾ ਖੁਦ ਤੁਹਾਡਾ ਸਾਥ ਦਿੰਦਾ ਹੈ ਤੇ ਉਸ ਰਾਹ ਤੇ ਤੁਹਾਨੂੰ ਤੋਰਦਾ ਹੈ ਰਾਹ ਹਮੇਸ਼ਾ ਜ਼ਿੰਦਗੀ ਚ ਦੋ ਹੁੰਦੇ ਨੇ ਇੱਕ ਸੌਖਾ ਹੁੰਦਾ ਬੜਾ ਹੀ ਸੋਹਣਾ ਹੁੰਦਾ ਇੱਕ ਬੜਾ ਹੀ ਮੁਸ਼ਕਿਲਾਂ ਭਰਿਆ ਹੁੰਦਾ ਤੇ ਬੜਾ ਹੀ ਔਖਾ ਹੁੰਦਾ ਬਟ ਜਦੋਂ ਅਸੀਂ ਮੁਸ਼ਕਿਲ ਭਰੇ ਰਾਹ ਤੇ ਚੱਲ ਕੇ ਇੱਕ ਮੰਜ਼ਿਲ ਨੂੰ ਪ੍ਰਾਪਤ ਕਰਦੇ ਆ ਨਾ ਤੇ ਉਹਦਾ ਨਜ਼ਾਰਾ ਹੀ ਵੱਖਰਾ ਹੁੰਦਾ ਹੈ ਕੀ ਬਾਤ ਹੈ ਤੇ ਅੱਜ ਮੈਂ ਜਦੋਂ ਵੀ ਕਦੀ ਵੀ ਪਿੱਛੇ ਮੁੜ ਕੇ ਦੇਖਦੀਆਂ ਤੇ ਮੈਨੂੰ ਬੜਾ ਹੀ ਆਪਣੇ ਆਪ ਤੇ ਵੀ ਮਾਨ ਮਹਿਸੂਸ ਹੁੰਦਾ ਹੂਸ ਪਰਮਾਤਮਾ ਦਾ ਸ਼ੁਕਰਾਨਾ ਕਰਦੀਆਂ ਜਿਨਨੇ ਮੈਨੂੰ ਇਸ ਲਾਇਕ ਬਣਾਇਆ ਕਿ ਮੈਂ ਅੱਜ ਇਸ ਜਗ੍ਹਾ ਤੇ ਪਹੁੰਚੀ ਆ ਤੁਸੀਂ ਗੱਲ ਕੀਤੀ ਮੁਸ਼ਕਲਾਂ ਦੀ ਹਨਾ ਕਿ ਹਰ ਇੱਕ ਚੀਜ਼ ਦੇ ਵਿੱਚ ਮੁਸ਼ਕਲ ਆਉਂਦੀ ਹੈ ਆ ਆਮ ਦੇਖਦੇ ਆ ਕਿ ਅੱਜ ਕੱਲ ਨਾ ਵੈਸੇ ਪੇਰੈਂਟਸ ਜਿਹੜੇ ਨੇ ਉਹ ਚਾਹੁੰਦੇ ਨੇ ਕਿ ਸਾਡੀ ਕੁੜੀ ਜਿਹੜੀ ਨੇ ਇੱਕ ਚੰਗੇ ਮੁਕਾਮ ਤੇ ਪਹੁੰਚੇ ਤੇ ਫਿਰ ਅਸੀਂ ਉਹਦਾ ਵਿਆਹ ਕਰੀਏ ਤੁਹਾਡਾ ਵਿਆਹ ਛੋਟੀ ਉਮਰ ਦੇ ਵਿੱਚ ਹੋ ਗਿਆ ਹੈ ਨਾ ਪਾਸਟੂ ਕੀਤੀ 12ਵੀਂ ਕੀਤੀ ਤੇ ਵਿਆਹ ਹੋ ਗਿਆ ਉਸ ਤੋਂ ਬਾਅਦ ਵੀ ਮੁਸ਼ਕਲਾਂ ਤਾਂ ਯਕੀਨ ਹੈ ਨਾ ਕਿ ਕੁੜੀ ਦੀ ਜ਼ਿੰਦਗੀ ਦੇ ਵਿੱਚ ਤਾਂ ਮੁਸ਼ਕਲਾਂ ਆਉਂਦੀਆਂ ਹੀ ਆਉਂਦੀਆਂ ਨੇ ਪਰ ਉਹਨਾਂ ਮੁਸ਼ਕਲਾਂ ਨੂੰ ਸਰ ਕਰਕੇ 3 ਐਮਏ ਕਰਨੀਆਂ ਫਿਰ ਇੱਕ ਐਕਟਰਸ ਇੱਕ ਮਾਡਲ ਦਾ ਰੂਪ ਦੇ ਵਿੱਚ ਸਾਰਿਆਂ ਦੇ ਸਾਹਮਣੇ ਆਉਣਾ ਹੈ ਨਾ ਇੱਕ ਸਮਾਜ ਸੇਵਿਕਾ ਦੇ ਰੂਪ ਦੇ ਵਿੱਚ ਸਾਹਮਣੇ ਆਇਆ ਥੋੜਾ ਜਿਹਾ ਮੈਚਾਨੇ ਕਿ ਸਾਡੇ ਦਰਸ਼ਕਾਂ ਨਾਲ ਸੰਜਰੂਰ ਪਾਓ ਇਸ ਚੀਜ਼ ਦੀ ਬਿਲਕੁਲ ਜੀ ਕਦੀ ਵੀ ਮੈਂ ਤੁਹਾਨੂੰ ਦੱਸਿਆ ਆਸਾਨ ਨਹੀਂ ਸੀਗਾ ਕੁਝ ਵੀ ਨਾ ਹੀ ਮੈਂ ਕਦੀ ਸੋਚਿਆ ਸੀਗਾ ਕਿ ਮੈਂ ਕੁਝ ਅਚੀਵ ਕਰੂੰਗੀ ਇੰਨਾ ਸੀਗਾ ਕਿ ਵਿਆਹ ਹੋ ਗਿਆ ਤੇ ਚਲੋ ਇੱਕ ਪਲੱਸ 2 ਕੰਪਲੀਟ ਕਰਾਂ ਮੈਂ ਪਲੱਸ 2 ਵੀ ਆਫਟਰ ਮੈਰਿਜ ਹੀ ਕੀਤੀ ਹੈ ਯੈਸ ਮੇਰਾ ਨਵੰਬਰ ਵਿੱਚ ਮੈਰਿਜ ਹੋ ਗਈ ਔਰ ਮਾਰਚ ਹੀ ਟੈਕਜ਼ਾਮ ਸੀਗੇ ਸੋ ਸਭ ਤੋਂ ਪਹਿਲੀ ਚੈਲੰਜ ਤਾਂ ਮੇਰੇ ਲਈ ਉਹੀ ਸੀਗਾ ਕਿ ਮੈਂ ਪਲੱਸ 2 ਦੇ ਐਗਜ਼ਾਮ ਦੇਣੇ ਆ ਉਹ ਕਿਸ ਤਰ੍ਹਾਂ ਮਤਲਬ ਮੈਂ ਘਰ ਬੈਠ ਕੇ ਪੜ੍ਹਨਾ ਔਰ ਇੱਕੋ ਹੀ ਸੁਪਨਾ ਹੁੰਦਾ ਸੀ ਕਿ ਕੀ ਪੜ੍ਹ ਲਵਾਂ ਮੈਂ ਬਸ ਕਿਉਂਕਿ ਮੈਂ ਆਪਣੇ ਪਾਪਾ ਨੂੰ ਇੱਕ ਵਾਦਾ ਕੀਤਾ ਸੀਗਾ ਕਿ ਮੈਂ ਪੜ੍ਹਾਂਗੀ ਬਹੁਤ ਔਰ ਪੂਰੀ ਫੈਮਿਲੀ ਨੂੰ ਕੁਝ ਬਣ ਕੇ ਦਿਖਾਵਾਂਗੀ ਇਹ ਨਹੀਂ ਸੀ ਪਤਾ ਇਹ ਬੰਨਣਾ ਕਿੱਦਾਂ ਹੈ ਮੈਂ ਕੀ ਬੰਨਣਾ ਚਾਹਦੀ ਆ ਸ਼ੌਂਕ ਬਹੁਤ ਸੀਗੇ ਸਪਨੇ ਬਹੁਤ ਵੱਡੇ ਸੀਗੇ ਬਟ ਰਸਤਾ ਕੋਈ ਵੀ ਨਜ਼ਰ ਨਹੀਂ ਆ ਰਿਹਾ ਸੀ ਮੈਨੂੰ ਤੇ ਸੋਚਿਆ ਪਹਿਲੇ ਕਿਉਂ ਨਾ ਪਲੱਸ 2 ਹੀ ਕੀਤੀ ਜਾਵੇ ਪਲੱਸ 2 ਕੀਤੀ ਤੇ ਇੱਛਾ ਵੱਧ ਗਈ ਕਿ ਨੰਬਰ ਬੜੇ ਸੋਹਣੇ ਆਏ ਕਿ ਉਹਨਾਂ ਬੀਏ ਕਰ ਲਵਾਂ ਬਟ ਹਸਬੰਡ ਨੇ ਕਿਹਾ ਕਿ ਪ੍ਰਾਈਵੇਟ ਤੋਂ ਕੁਝ ਵੀ ਕਰ ਸਕਦੀਆਂ ਕਾਲਜ ਅਸੀਂ ਨਹੀਂ ਭੇਜਣਾ ਸੋ ਮੈਂ ਵੀ ਕਿਹਾ ਠੀਕ ਹੈ ਅੱਛੀ ਗੱਲ ਹੈ ਕਿ ਮੈਂ ਪਰਿਵਾਰ ਨੂੰ ਵੀ ਦੇਖ ਸਕਦੀਆਂ ਤੇ ਆਪਣੇ ਸ਼ੌਂਕ ਵੀ ਪੂਰੇ ਕਰ ਸਕਦੀਆਂ ਹਾਂਜੀ ਤੇ ਮੈਂ ਐਸੇ ਤਰ੍ਹਾਂ ਹੀ ਬੀਏ ਪ੍ਰਾਈਵੇਟ ਪੰਜਾਬ ਯੂਨੀਵਰਸਿਟੀ ਤੋਂ ਭਰ ਦਿੱਤੀ ਉਹਦੇ ਵਿੱਚ ਬੜੇ ਸੋਹਣੇ ਨੰਬਰ ਆ ਗਏ ਤੇ ਫੇਰ ਇੱਛਾ ਹੋਰ ਵੱਧ ਗਈ ਕਿ ਉਹਨਾਂ ਇੱਕ ਐਮਏ ਕਰ ਲਵਾਂ ਚਲੋ ਫੇਰ ਉਸ ਦੀ ਐਮਏ ਕਰ ਲਵਾ ਪੰਜਾਬੀ ਦੀ ਮੈਂ ਐਮਏ ਕੀਤੀ ਉਹ ਵੀ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਤੋਂ ਹੀ ਫਿਰ ਇੱਛਾ ਹੋਰ ਵਧਣ ਲੱਗੀਆਂ ਜਦੋਂ ਕਹਿੰਦੇ ਨੇ ਨਾ ਥੋੜਾ ਥੋੜਾ ਮਿਲਨ ਲੱਗ ਜਾਂਦਾ ਇਛਾਵਾਂ ਵੀ ਬਦਲ ਲੱਗ ਜਾਂਦੀਆਂ ਨੇ ਫਿਰ ਸੋਚਿਆ ਡਬਲ ਐਮਏ ਕਰ ਲਾ ਫਿਰ ਡਬਲ ਐਮਏ ਤੋਂ ਵਾਟਰ ਟ੍ਰਿਪਲ ਐਮਏ ਕਰ ਲਾ ਤੇ ਉਹ ਸ਼ੌਂਕ ਪੂਰੇ ਹੁੰਦੇ ਗਏ ਤੇ ਪਰਮਾਤਮਾ ਨੇ ਜਿੱਦੋਂ ਬਾਹ ਫੜ ਲਈ ਨਾ ਫਿਰ ਮੈਨੂੰ ਲੱਗਿਆ ਹੀ ਨਹੀਂ ਕਿ ਕੁਝ ਵੀ ਔਖਾ ਏ ਬੜੀ ਮੁਸ਼ਕਿਲਾਂ ਆਈਆਂ ਤੁਸੀਂ ਮੁਸ਼ਕਿਲਾਂ ਦੀ ਗੱਲ ਕੀਤੀ ਤੁਹਾਨੂੰ ਦੱਸਿਆ ਈਜ਼ੀ ਨਹੀਂ ਸੀਗਾ ਬੱਚਿਆਂ ਦਾ ਵੀ ਪਾਲਣ ਪੋਸ਼ਣ ਕਰਨਾ ਘਰ ਨੂੰ ਵੀ ਦੇਖਣਾ ਆਪਣੇ ਆਪ ਨੂੰ ਵੀ ਦੇਖਣਾ ਤੇ ਪੜ੍ਹਾਈ ਵੀ ਕਰਨੀ ਔਰ ਵਿਦਆਊਟ ਐਨੀ ਟਿਊਸ਼ਨ ਵਿਦਆਊਟ ਐਨੀ ਗਾਈਡੈਂਸ ਕਿਸੇ ਦੇ ਵੀ ਕਿਸ ਤਰ੍ਹਾਂ ਅਚੀਵ ਕਰਨਾ ਉਹਨੂੰ ਬੜਾ ਮੁਸ਼ਕਿਲ ਸੀਗਾ ਬਟ ਕਿਤੋਂ ਨਾ ਕਿਤੇ ਉਦੋਂ ਦੇਖੋ ਇੰਟਰਨੈਟ ਵੀ ਨਹੀਂ ਸੀਗਾ ਅੱਜ ਤੇ ਸਾਡੇ ਕੋਲ ਮੋਬਾਈਲ ਫੋਨਸ ਨੇ ਬੜੀਆਂ ਈਜ਼ੀ ਹੋ ਗਈਆਂ ਚੀਜ਼ਾਂ ਉਸ ਟਾਈਮ ਇੰਨਾ ਈਜ਼ੀ ਨਹੀਂ ਸੀਗਾ ਸੋਚ ਸੋਚ ਕੇ ਲੱਭ ਲੱਭ ਕੇ ਕਿਤਾਬਾਂ ਵਿੱਚ ਰਹੀ ਲੱਭ ਲੱਭ ਕੇ ਪੂਰੀ ਪੂਰੀ ਰਾਤ ਮੈਂ ਬਾਥਰੂਮ ਵਿੱਚ ਪੈਟ ਕੇ ਪੜਨਾ ਕਿ ਹਾਂ ਮੈਂ ਕੁਝ ਅਚੀਵ ਕਰਨਾ ਹੈ ਮੈਨੂੰ ਇਹ ਹੁੰਦਾ ਸੀਗਾ ਕਿ ਮੇਰੇ ਕਰਕੇ ਕਿਤੇ ਮੇਰੇ ਘਰ ਦੇ ਪਰੇਸ਼ਾਨ ਨਾ ਹੋ ਜਾਣ ਕਿ ਇਹ ਘਰ ਦਾ ਕੰਮ ਨਹੀਂ ਕਰਦੀ ਜਾਂ ਇਹ ਬੱਚੇ ਨਹੀਂ ਸੰਭਾਲਦੀ ਤੇ ਮੈਂ ਸਾਰਾ ਕੁਝ ਕਰਦੇ ਹੋਏ ਆਪਣੀ ਪੜ੍ਹਾਈ ਨੂੰ ਪੂਰਾ ਕੀਤਾ ਮੈਨੂੰ ਬੜਾ ਹੀ ਵਧੀਆ ਲੱਗਿਆ ਜਦੋਂ ਮੈਂ ਟ੍ਰਿਪਲ ਐਮਏ ਕਰ ਗਈ ਕਿ ਹਾਂ ਵਾਕਈ ਮੈਂ ਕੁਝ ਅਚੀਵ ਕੀਤਾ ਇੰਨਾ ਸਭ ਤੋਂ ਬਾਅਦ ਕਿਤੇ ਇਹ ਨਾ ਕਿਤੇ ਲੱਗਿਆ ਕਿ ਬੜਾ ਕੁਝ ਪਿੱਛੇ ਵੀ ਛੁੱਟ ਗਿਆ ਮੇਰੇ ਪਾਪਾ ਨਹੀਂ ਰਹੇ ਕਿ ਉਹ ਦੇਖਦੇ ਕਿ ਹਾਂ ਮੇਰੀ ਬੇਟੀ ਨੇ ਜੋ ਕੀਤਾ ਸੀ ਉਹ ਪੂਰਾ ਕਰਕੇ ਬਟ ਮੇਰੇ ਮम्मा ਨੇ ਜਦੋਂ ਵੀ ਮੇਰੇ ਨਾਲ ਖੜਦੇ ਨੇ ਤਾਂ ਮੈਨੂੰ ਲੱਗਦਾ ਉਹ ਰੱਬ ਨੇ ਮੇਰੇ ਲਈ ਤੇ ਮੈਨੂੰ ਉਹਨਾਂ ਦਾ ਆਸ਼ੀਰਵਾਦ ਹੈ ਅੱਜ ਮੇਰੇ ਨਾਲ ਕਿ ਮੈਂ ਇੱਥੇ ਤੱਕ ਪਹੁੰਚ ਪਾਈ ਆ ਹਾਂ ਅ ਚੰਨ ਲੱਗਦਾ ਕਿ ਇੱਕ ਕਹਿੰਦੇ ਨਾ ਵੀ ਇੱਕ ਸਕਸੈਸਫੁਲ ਮਰਦ ਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਹਾਂ ਔਰ ਦੇ ਪਿੱਛੇ ਕਿਹਦਾ ਹੱਥ ਆ ਬਿਲਕੁਲ ਜੀ ਕਮਰਦ ਦਾ ਹੱਥ ਹੁੰਦਾ ਤੇ ਮੇਰੀ ਸਪੋਰਟ ਨੇ ਜਿਹੜੇ ਮੇਰੇ ਹਸਬੰਡ ਨੇ ਜਿਨ੍ਹਾਂ ਨੇ ਮੈਨੂੰ ਹਮੇਸ਼ਾ ਹੀ ਬਹੁਤ ਹੱਲਾਸ਼ੇਰੀ ਦਿੱਤੀ ਵੀ ਤੂੰ ਇਹ ਕਰ ਸਕਦੀ ਹੈ ਪਹਿਲੇ ਪਹਿਲੇ ਉਹਨਾਂ ਨੇ ਕਹਿਣਾ ਵੀ ਇਹ ਕਰਨਾ ਮੁਸ਼ਕਿਲ ਬੜਾ ਹੀ ਧਿਆਨ ਨਾਲ ਕਰੀ ਸੋਚ ਸਮਝ ਕੇ ਕਦਮ ਰੱਖੀ ਜੇ ਕੀਤਾ ਤਾਂ ਕਰਕੇ ਵੀ ਦਿਖਾਣਾ ਫਿਰ ਮੈਨੂੰ ਹੁੰਦਾ ਸੀ ਨਹੀਂ ਅੱਜ ਮੈਂ ਜੋ ਕੁਛ ਵੀ ਆ ਸਬ ਉਹਨਾਂ ਦੀ ਬਦੌਲਤ ਆ ਤੇ ਬਿਲਕੁਲ ਸੱਚ ਕਹਿੰਦੇ ਨੇ ਕਿ ਇੱਕ ਔਰਤ ਦੇ ਪਿੱਛੇ ਉਹਦੇ ਮਰਦ ਦਾ ਹੱਥ ਬਹੁਤ ਜ਼ਰੂਰੀ ਆ ਅੱਜ ਕਿਸੇ ਵੀ ਫੀਲਡ ਵਿੱਚ ਤੁਸੀਂ ਦੇਖ ਲਓ ਜੇ ਔਰਤਾ ਕੰਮ ਕਰ ਰਹੀਆਂ ਨੇ ਤੇ ਉਹਨਾਂ ਦੇ ਘਰਦਿਆਂ ਦੀ ਉਹਨਾਂ ਦੀ ਸਪੋਰਟ ਬਹੁਤ ਜ਼ਰੂਰੀ ਹੈ ਤਾਂ ਹੀ ਉਹ ਅੱਜ ਕੰਮ ਕਰ ਰਹੀਆਂ ਨੇ ਅੱਜ ਮੈਂ ਇੱਥੇ ਬੈਠੀ ਆ ਤੇ ਉਹਨਾਂ ਦੀ ਸਪੋਰਟ ਦੇ ਕਾਰਨ ਹੀ ਆ ਸਵੇਰੇ ਸਵੇਰੇ ਉੱਠ ਕੇ ਮੈਨੂੰ ਰੈਡੀ ਕਰਵਾਉਂਦੇ ਨੇ ਨਾਲ ਪੂਰਾ ਘਰ ਦਾ ਕੰਮ ਕਰਾਉਂਦੇ ਨੇ ਮੇਰੇ ਹੋਰ ਕੀ ਚਾਹੀਦਾ ਵੀ ਬਿਲਕੁਲ ਔਰ ਆਪ ਖੁਦ ਇੱਕ ਬਿਜ਼ਨਸਮੈਨ ਨੇ ਬਿਜ਼ਨਸਮੈਨ ਕੋ ਤਾਂ ਵੈਸੇ ਟਾਈਮ ਨਹੀਂ ਹੁੰਦਾ ਹਾਂ ਲੈ ਅੱਜ ਚਰਨ ਜਦੋਂ ਅਸੀਂ ਗੱਲ ਕਰਦੇ ਹਾਂ ਅਪਰ ਸੈਨਿਟੀ ਡਿਵੈਲਪਮੈਂਟ ਦੀ ਹਾਂਜੀ ਉਹਦੇ ਆਸਪੈਕਟਸ ਦੀ ਗੱਲ ਕਰਦੇ ਹਾਂ ਕਿਹੜੇ ਕਿਹੜੇ ਆਸਪੈਕਟਸ ਨੇ ਕਿਹਦੇ ਆਧਾਰ 'ਤੇ ਅਸੀਂ ਕਹਿ ਸਕਦੇ ਹਾਂ ਕਿ ਬੰਦਾ ਆਪਣੀ ਸ਼ਖਸੀਅਤ ਜਿਹੜੀ ਹੈ ਉਸ ਨੂੰ ਨਿਖਾਰ ਸਕਦਾ ਹੈ ਜਾਂ ਉਸ ਨੂੰ ਸਵਾਰ ਸਕਦਾ ਤੁਸੀਂ ਕੀ ਮੰਨਦੇ ਹੋ ਇਸ ਚੀਜ਼ ਨੂੰ ਬਿਲਕੁਲ ਜੀ ਦੇਖੋ ਸਭ ਤੋਂ ਪਹਿਲੇ ਜਦੋਂ ਅਸੀਂ ਕਿਸੇ ਵੀ ਬੰਦੇ ਨੂੰ ਦੇਖਦੇ ਆ ਨਾ ਉਹਦੀ ਪਰਸਨੈਲਿਟੀ ਨੂੰ ਦੇਖਦੇ ਆ ਸਾਨੂੰ ਉਹਦੇ ਹਾਫ ਪਾਓ ਉਹਦੀ ਬਾਡੀ ਲੈਂਗੁਏਜ ਉਹਦੀ ਲੈਂਗੁਏਜ ਉਹਦੀ ਪੂਰੀ ਓਵਰਆਲ ਪਰਸਨੈਲਿਟੀ ਨੂੰ ਅਸੀਂ ਦੇਖਦੇ ਆ ਸਭ ਤੋਂ ਪਹਿਲੇ ਅਸੀਂ ਦਿਖ ਦੀ ਗੱਲ ਕਰਦੇ ਆ ਵੀ ਹਾਂ ਬੰਦਾ ਦਿਖਦਾ ਕਿਹੋ ਜਿਹਾ ਉਹ ਗੱਲ ਕਰਦੇ ਆ ਜਿਹਦਾ ਰਫਤਾਰ ਗੁਫ਼ਤਾਰ ਦਸਤਾਰ ਬਿਲਕੁਲ ਸਹੀ ਤੁਸੀਂ ਕਿਹਾ ਦਸਤਾਰ ਦੀ ਆਪਾਂ ਸਭ ਤੋਂ ਪਹਿਲੇ ਗੱਲ ਕਰਦੇ ਆ ਵੀ ਹਾਂ ਬੰਦੇ ਦਾ ਪਹਿਰਾਵਾ ਕਿਹੋ ਜਿਹਾ ਹੈ ਉਹਨੇ ਕਿਹੋ ਜੀ ਸਾਨੂੰ ਦਿਖ ਜਿਹੜੀ ਹੈ ਨਾ ਬੜੀ ਇੰਪੋਰਟੈਂਟ ਰੋਲ ਅਦਾ ਕਰਦੀ ਹੈ ਸਾਡੀ ਲਾਈਫ ਇੱਝ ਅਸੀਂ ਕੁਈ ਖਿੱਚਦਾ ਕਾਰਨ ਬਣ ਜਾਂਦੀ ਹੈ ਹਨਾ ਕਿ ਹਾਂ ਵੀ ਇਸ ਬੰਦੇ ਨੇ ਇੱਕ ਬੜੇ ਸੋਨੇ ਪਹਿਰਾਵਾ ਪਾਇਆ ਉਹ ਖਿੱਚਦਾ ਕਾਰਨ ਬਣ ਜਾਂਦਾ ਫਿਰ ਉਹਦੀ ਬੋਲੀ ਹਾਂ ਉਦੀ ਬੋਲ ਚਾਲ ਗੁਫ਼ਤਗੂ ਕਿਸ ਤਰ੍ਹਾਂ ਦੀ ਉਹ ਕਰਦਾ ਹੈ ਕਿਸ ਤਰ੍ਹਾਂ ਦੀ ਉਹਦੀ ਨੌਲੇਜ ਉਹਨੂੰ ਕਿੰਨੀ ਕ ਹੈ ਕਿੰਨੀ ਕੋ ਸੂਝ-ਬੂਝਦਾ ਉਹ ਮਾਲਿਕ ਹੈ ਕਿੰਦਿਆਂ ਦੀਆਂ ਗੱਲਾਂ ਕਰਦਾ ਹੈ ਉਹ ਗੱਲਾਂ ਨਾਲ ਸਾਨੂੰ ਕਿਸ ਤਰ੍ਹਾਂ ਇੰਪ੍ਰੈਸ ਕਰ ਸਕਦਾ ਹੈ ਹੈਨਾ ਤੇ ਉਹਦੀ ਰਫਤਾਰ ਰਫਤਾਰ ਦਾ ਮਤਲਬ ਇਹ ਨਹੀਂ ਕਿ ਸਪੀਡ ਹੈ ਉਹਦੀ ਕਿ ਸਪੀਡ ਹੈ ਜਾਂ ਕਿੱਦਾਂ ਬੋਲਦਾ ਨਹੀਂ ਉਹਦਾ ਬੋਲਣ ਦਾ ਲਹਿਜਾ ਕਿਹੋ ਜਿਹਾ ਹੈ ਉਹ ਕਿਸ ਤਰ੍ਹਾਂ ਕਿਸੇ ਨੂੰ ਇੰਪ੍ਰੈਸ ਕਰ ਸਕਦਾ ਹੈ ਸੋ ਇਹ ਸਾਰੀਆਂ ਹੀ ਚੀਜ਼ਾਂ ਸਾਡੀ ਪਰਸਨੈਲਿਟੀ ਚ ਕਾਊਂਟ ਹੁੰਦੀਆਂ ਨੇ ਅਸੀਂ ਕਿਸ ਤਰ੍ਹਾਂ ਕਿਸੇ ਨੂੰ ਪ੍ਰਭਾਵਿਤ ਕਰ ਸਕਦੇ ਹਾਂ ਆਪਣੇ ਬੋਲਚਾਲ ਨਾਲ ਆਪਣੇ ਚੱਲਣ ਨਾਲ ਆਪਣੀ ਕਿਸ ਤਰ੍ਹਾਂ ਓਵਰਆਲ ਪਰਸਨੈਲਿਟੀ ਨਾਲ ਅਸੀਂ ਕਿਸੇ ਹੋਰ ਨੂੰ ਪ੍ਰਭਾਵਿਤ ਕਰਦੇ ਹਾਂ ਚਰਨ ਕਿਉਂਕਿ ਮੈਨੂੰ ਲੱਗਦਾ ਹੈ ਕਿ ਅੱਜ ਨਾ ਸਾਡੇ ਸਮਾਜ ਦੇ ਵਿੱਚ ਜਦੋਂ ਅਸੀਂ ਔਰਤਾਂ ਦੀ ਗੱਲ ਕਰਦੇ ਹਾਂ ਤੇ ਔਰਤਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਹਾਂ ਨਾ ਚਾਹੇ ਕੋਈ ਸਰਕਾਰੀ ਅਦਾਰਾ ਹੋਵੇ ਚਾਹੇ ਕੋਈ ਪ੍ਰਾਈਵੇਟ ਅਦਾਰਾ ਹੋਵੇ ਔਰਤ ਜਿੱਥੇ ਵੀ ਕੰਮ ਕਰਦੀ ਹੈ ਨਾ ਉਹਦੇ ਵਾਸਤੇ ਬਹੁਤ ਵੱਡੀ ਚੈਲੰਜ ਹੋ ਜਾਂਦੇ ਨੇ ਖਾਸ ਤੌਰ ਤੇ ਜਦੋਂ ਅਸੀਂ ਬਤੌਰ ਮਾਡਲ ਗੱਲ ਕਰਦੇ ਆ ਨਾ ਤੇ ਇੱਕ ਆਮ ਜਿਹੜੀ ਔਰਤ ਆ ਜਿਹੜੀ ਪੜੀ ਲਿਖੀ ਘੱਟ ਆ ਉਹਨੇ ਕਹਿੰਦਾ ਅੱਛਾ ਮਾਡਲ ਆ ਮਤਲਬ ਉਸ ਸਾਈਕੋਲੋਜੀਕਲੀ ਉਹਦੇ ਮਾਈਂਡ ਦੇ ਵਿੱਚ ਆ ਜਾਂਦਾ ਵੀ ਮੈਂ ਇਹਨੂੰ ਨਹੀਂ ਬੁਲਾਣਾ ਤੁਹਾਨੂੰ ਇਦਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਬਿਲਕੁਲ ਜੀ ਬਹੁਤ ਕਿਉਂਕਿ ਅਸੀਂ ਜਿਹੜੀ ਸਮਾਜ ਵਿੱਚ ਰਹਿ ਰਹੇ ਆ ਨਾ ਇੱਥੇ ਔਰਤ ਕੋਈ ਵੀ ਕੰਮ ਕਰੇ ਕਿਸੇ ਵੀ ਫੀਲਡ ਵਿੱਚ ਕਰੇ ਉਹ ਨੂੰ ਪਤਾ ਨਹੀਂ ਕਿਹੜੀ ਨਜ਼ਰ ਨਾਲ ਦੇਖਦੇ ਨੇ ਵੀ ਹਾਂ ਉਹ ਹੱਸ ਕੇ ਕਿਸੇ ਨੂੰ ਕਿਉਂ ਬੁਲਾ ਰਹੀ ਹੈ ਕਿਉਂਕਿ ਇਹ ਸਾਡੇ ਸਮਾਜ ਦਾ ਇੱਕ ਨਾ ਦਾਇਰਾ ਬਣ ਚੁੱਕਾ ਹੈ ਅਸੀਂ ਲੋਕਾਂ ਨੇ ਉੰਨੇ ਕੀ ਉੰਨੀ ਜਗ੍ਹਾ ਤੇ ਹੀ ਆਪਣੇ ਆਪ ਨੂੰ ਸੀਮਿਤ ਰੱਖ ਚੁੱਕੇ ਹਾਂ ਅਸੀਂ ਹਨਾ ਸੋ ਕੋਈ ਵੀ ਫੀਲਡ ਹੈ ਉੱਥੇ ਹੀ ਔਰਤ ਮੈਨੂੰ ਲੱਗਦਾ ਸੇਫ ਨਹੀਂ ਹੈਗੀ ਜੈਸੀ ਮੰਨੀ ਹੈ ਇਹ ਨਹੀਂ ਹੈ ਕਿ ਉਹ ਮਾਡਲ ਹੈ ਜਾਂ ਉਹ ਐਕਟ्रेस ਹੈ ਤੇ ਤਾਂ ਹੈ ਨਹੀਂ ਕਿਸੇ ਵੀ ਫੀਲਡ ਚ ਦੇਖ ਲੋ ਜਿਨ੍ਹਾਂ ਨੇ ਗਲਤ ਕੰਮ ਕਰਨਾ ਹੈ ਜਾਂ ਗਲਤ ਤਰੀਕੇ ਨਾਲ ਦੇਖਣਾ ਉਹ ਕਿਸੇ ਵੀ ਫੀਲਡ ਵਿੱਚ ਕੁਝ ਕਰ ਲੈਣਾ ਬਿਲਕੁਲ ਸਹੀ ਹੈ ਜੇਕਰ ਤੁਸੀਂ ਆਪਣੇ ਆਪ ਨੂੰ ਸਹੀ ਹੋ ਨਾ ਤੇ ਤੁਹਾਨੂੰ ਪ੍ਰੂਫ ਕਰਨ ਦੀ ਲੋੜ ਨਹੀਂ ਹੁੰਦੀ ਕਿਸੇ ਨੂੰ ਤੇ ਮੈਂ ਤੁਹਾਨੂੰ ਦੱਸ ਰਹੀ ਹਾਂ ਫੀਲਡ ਚਾਹੀ ਕੋਈ ਵੀ ਹੋਏ ਜ਼ਰੂਰੀ ਨਹੀਂ ਅਦਾਕਾਰਾਂ ਤੇ ਤਾਂ ਲੋਕਾਂ ਦੀ ਸੋਚ ਨੂੰ ਅਸੀਂ ਬਦਲ ਨਹੀਂ ਸਕਦੇ ਆ ਜੋ ਉਹਨਾਂ ਦਾ ਦਾਇਰਾ ਹੈ ਨਾ ਉਹਨੂੰ ਨਹੀਂ ਅਸੀਂ ਸੀਮਿਤ ਕਰ ਸਕਦੇ ਹਾਂ ਅਸੀਂ ਆਪਣੇ ਆਪ ਨੂੰ ਦੇਖ ਸਕਦੇ ਆ ਕਿ ਅਸੀਂ ਸਹੀ ਰਾਹ ਤੇ ਚੱਲ ਕੇ ਸਹੀ ਮੰਜ਼ਿਲ ਤੇ ਪਹੁੰਚ ਰਹੇ ਆ ਸੋ ਲੋਕਾਂ ਦੀ ਪਰਵਾਹ ਨਾ ਕਰੋ ਤੇ ਆਪਣੇ ਰਾਹ ਤੇ ਚੱਲਦੇ ਚੱਲੋ ਤੁਸੀਂ ਮਿਹਨਤ ਕਰੋ ਫਲ ਜ਼ਰੂਰ ਮਿਲਦਾ ਹੈ ਇੱਕ ਨਾ ਇੱਕ ਦਿਨ ਜਿਵੇਂ ਤੁਸੀਂ ਕਿਹਾ ਨਾ ਵੀ ਦੋ ਰਸਤੇ ਹੁੰਦੇ ਇੱਕ ਸ਼ਾਰਟਕਟ ਹੁੰਦਾ ਤੇ ਇੱਕ ਬੜਾ ਲੰਬਾ ਹੁੰਦਾ ਉਹਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਵੀ ਹੁੰਦੀਆਂ ਮੈਂ ਹੁਣ ਇਹ ਵੀ ਪੁੱਛਣਾ ਚਾਹਨੀ ਵੀ ਤੁਸੀਂ 90 ਕਿਲੋ ਤੋਂ ਇੰਨਾ ਭਾਰ ਘਟਾਣਾ ਇਹ ਕਿੱਦਾਂ ਕਿੰਨਾ ਸੌਖਾ ਜਾਂ ਕਿੰਨਾ ਔਖਾ ਸੀ ਚੈਲੰਜ ਕਿੰਨੇ ਕਿੰਨੇ ਸੀ ਇਹ ਦੇ ਵਿੱਚ ਬਹੁਤ ਸਾਰੇ ਚੈਲੰਜ ਸੀਗੇ ਜੀ ਦਿੱਦਾ ਮੈਂ ਤੁਹਾਨੂੰ ਦੱਸਿਆ ਕਿ ਮੈਂ ਪਹਿਲੇ ਕਦੀ ਸੋਚਿਆ ਨਹੀਂ ਸੀ ਪੜ੍ਹਾਈ ਕਰਦੇ ਨਾ ਤੇਰਾ 14 ਸਾਲ ਬੀਤ ਗਏ ਤੇ ਪਤਾ ਹੀ ਨਹੀਂ ਲੱਗਿਆ ਸਮਾਂ ਕਿੱਦਾਂ ਬੀਤ ਗਿਆ ਕਿਤਾਬਾਂ ਨੂੰ ਹੀ ਮੈਂ ਆਪਣੀ ਦੋਸਤ ਬਣਾਇਆ ਹੋਇਆ ਸੀ ਉਹੀ ਮੇਰੇ ਹਾਣੀ ਸੀਗੇ ਦੁੱਖ ਸੁੱਖ ਦੇ ਸਾਥੀ ਸੀਗੇ ਜਦੋਂ ਮੈਂ ਕੱਲੀ ਹੁੰਦੀ ਸੀ ਤਾਂ ਕਿਤਾਬਾਂ ਪੜ੍ਹਨ ਬੈਠ ਜਾਂਦੀ ਸੀਗੀ ਹਨਾ ਘਰ ਦਾ ਕੰਮ ਕਰਨਾ ਮੈਨੂੰ ਆਦਤ ਸੀਗੀ ਕਿ ਹਾਂ ਇਹੀ ਮੇਰੇ ਆ ਦੋਸਤ ਨੇ ਇਹਨਾਂ ਨਾਲ ਗੱਲਾਂ ਕਰੀਏ ਸੀ ਤੇ ਕਦੀ ਸਮੇ ਦਾ ਧਿਆਨ ਹੀ ਨਹੀਂ ਕੀਤਾ ਆਪਣੇ ਆਪ ਵੱਲ ਧਿਆਨ ਨਹੀਂ ਕੀਤਾ ਮੈਨੂੰ ਪਤਾ ਹੀ ਨਹੀਂ ਸੀ ਵੀ ਮੈਂ ਵੀ ਆਪਣੇ ਆਪ ਨੂੰ ਨਿਖਾਰਾਂ ਜਾਂ ਸਵਾਰਾਂ ਹਨਾ ਬੱਚੇ ਐ ਘਰ ਐ ਘਰ ਨੂੰ ਸਵ

ਸਾਡੀ ਓਵਰਆਲ ਪਰਸਨੈਲਿਟੀ ਕਿੰਨੀ ਇੰਪੋਰਟੈਂਟ ਹੈ ਸਾਡੇ ਲਈ ਕਿ ਮੈਂ ਤੇ ਕਦੀ ਆਪਣੇ ਆਪ ਵੱਲ ਧਿਆਨ ਨਹੀਂ ਦਿੱਤਾ ਕਿ ਮੇਰਾ ਭਾਰ ਬਹੁਤ ਜ਼ਿਆਦਾ ਸ਼ਾਇਦ ਮੈਂ ਸੋਹਣੀ ਨਹੀਂ ਲੱਗਦੀ ਇੰਨਾ ਵਿੱਚ ਤਾਂ ਮੈਂ ਹਾਰ ਗਈ ਫਿਰ ਮੈਂ ਆਪਣੇ ਆਪ ਤੇ ਕੰਮ ਕਰਨਾ ਸ਼ੁਰੂ ਕੀਤਾ ਹਾਂ ਆਪਣੇ ਯੋਗਾ ਐਕਸਰਸਾਈਜ਼ ਮੈਨੂੰ ਲੱਗਿਆ ਕਿ ਜਿਮ ਜਾਣਾ ਜ਼ਰੂਰੀ ਨਹੀਂ ਹੈ ਕਿ ਘਰ 'ਚ ਬੈਠ ਕੇ ਅਸੀਂ ਬਹੁਤ ਕੁਝ ਕਰ ਸਕਦੇ ਹਾਂ ਸੋ ਯੋਗਾ ਆਪਣੀ ਡਾਈਟ ਦਾ ਧਿਆਨ ਰੱਖ ਕੇ ਅਸੀਂ ਕਿੱਦਾਂ ਆਪਣਾ weight lose ਕਰ ਸਕਦੇ ਹਾਂ ਔਰ ਉਹਦਾ ਨਤੀਜਾ ਅੱਜ ਮੈਂ ਤੁਹਾਡੇ ਸਾਹਮਣੇ ਬੈਠੀ ਹਾਂ ਮੈਂ ਚਾਹਨੇ ਵੀ ਸਾਨੂੰ ਜ਼ਰੂਰ ਦੱਸੋ ਵੀ ਕੀ ਕੀ ਖਾਦਾ ਤੁਸੀਂ ਤੇ ਕੀ ਕੀ ਛੱਡਿਆ ਤੁਸੀਂ ਹੈਲਦੀ ਫੂਡ ਖਾਓ ਜੀ ਹੈਲਦੀ ਡਾਈਟ ਲਓ ਤੁਸੀਂ ਖੁਸ਼ ਰਹੋ ਖੁਸ਼ ਰਹਿਣਾ ਜ਼ਿੰਦਗੀ ਦਾ ਸਭ ਤੋਂ ਵੱਡਾ ਮੰਤਰਾ ਹੈ ਜਿਹੜਾ ਬੰਦਾ ਖੁਸ਼ ਹੈ ਨਾ ਆਪਣੀ ਜ਼ਿੰਦਗੀ ਤੋਂ ਹਰ ਵੇਲੇ ਸ਼ੁਕਰ ਸ਼ੁਕਰਾਨਾ ਕਰਦਾ ਹੈ ਉਦੀ ਜ਼ਿੰਦਗੀ ਬੜੀ ਖੂਬਸੂਰਤ ਹੁੰਦੀ ਹੈ ਤੇ ਉਹਨੂੰ ਹਰ ਇੱਕ ਰਸਤਾ ਆਸਾਨ ਲੱਗਦਾ ਜਦੋਂ ਅਸੀਂ ਸੋਚ ਲੈਂਦੇ ਆ ਨਾ ਕਿ ਅਸੀਂ ਕੁਝ ਕਰਨਾ ਹੈ ਤੇ ਰਸਤੇ ਤੁਹਾਨੂੰ ਦੱਸਿਏ ਆਪਣੇ ਆਪ ਆਸਾਨ ਹੋ ਜਾਂਦੇ ਨੇ ਫਿਰ ਮੈਂ 2017 ਚ ਮਿਸ ਇਸ ਨਾਰਥ ਇੰਡੀਆ ਚ ਪਾਰਟਿਸਿਪੇਟ ਕੀਤਾ ਉਹਨੂੰ ਵਿਨ ਕੀਤਾ ਉਸ ਤੋਂ ਬਾਅਦ ਮੇਰੀ ਜ਼ਿੰਦਗੀ ਟੋਟਲੀ ਚੇਂਜ ਹੋ ਗਈ ਮੈਂ ਉੱਥੇ ਜਾ ਕੇ ਜਿਸ ਤਰ੍ਹਾਂ ਲੋਕਾਂ ਨੂੰ ਆਪਣੀ ਇੰਟਰੋਡਕਸ਼ਨ ਦਿੱਤੀ ਕਿ ਹਾਂ ਮੈਂ ਐਦਾਂ ਐਦਾਂ ਆ ਚੀਜ਼ਾਂ ਕੀਤੀਆਂ ਲੋਕ ਬੜੇ ਇੰਪ੍ਰੈਸ ਹੋਏ ਮੇਰੀ ਬਾਇਓਗ੍ਰਾਫੀ ਲਿਖੀ ਗਈ ਉਸ ਤੋਂ ਬਾਅਦ ਮੈਂ ਤੁਹਾਨੂੰ ਕਿਹਾ ਮੈਨੂੰ ਲੱਗਿਆ ਹੀ ਨਹੀਂ ਰਸਤੇ ਕਿੰਨੇ ਸੋਹਣੇ ਪਰਮਾਤਮਾ ਨੇ ਲਿਖ ਦਿੱਤੇ ਮੈਨੂੰ ਪਤਾ ਹੀ ਨਹੀਂ ਸੀਗਾ ਮੈਂ ਆਪਣੇ ਆਪ ਨੂੰ ਮਿਲੀ ਕਿਉਂਕਿ ਉਸ ਤੋਂ ਬਾਅਦ ਹੀ ਮੈਨੂੰ ਆਪਣੇ ਆਪ ਨਾਲ ਮੇਲ ਹੋਇਆ ਮੈਨੂੰ ਲੱਗਿਆ ਮੇਰਾ ਜਨਮ ਹੀ ਉਸ ਟਾਈਮ ਹੋਇਆ ਜਦੋਂ ਮੈਂ ਆਪਣੇ ਆਪ ਨੂੰ ਬਦਲਦਾ ਰੂਪ ਦੇਖਿਆ ਨਾ ਆਪਣਾ ਕਿ ਹਾਕਿਬਾ ਮੈਂ ਸੀ 90 ਕਿਲੋ ਤੋਂ ਅੱਜ ਮੈਂ 50 60 ਕਿਲੋ ਦੀ ਹੋ ਗਈ ਅੱਧੀ ਚਰਨ ਮੈਂ ਕੱਢ ਦਿੱਤੀ ਵਿੱਚੋਂ ਤੇ ਬੜੀ ਖੁਸ਼ੀ ਮਹਿਸੂਸ ਹੋਈ ਕਿ ਵਾਕਈ ਕਿ ਮੈਂ ਕਿੱਥੇ ਬੈਠੀ ਪਈ ਸੀਗੀ ਔਰ ਦੁਨੀਆ ਕਿੱਥੇ ਪਹੁੰਚ ਗਈ ਸੀਗੀ ਉਹ ਬੜੀ ਨਟਪੱਟ ਜਿੱਚ ਤੁਹਾਨੂੰ ਕਿਹਾ ਪਰਿਵਾਰ ਹਟ ਗਈ ਸੀ ਮੈਂ ਸੋ ਉਹਨੂੰ ਦੁਬਾਰਾ ਮਿਲੀ ਤੇ ਜ਼ਿੰਦਗੀ ਬੜੀ ਸੋਹਣੀ ਹੋ ਗਈ ਫਿਰ ਕੀ ਬਾਤ ਹੈ ਬੜਾ ਨਾ ਵੱਡਾ ਇੱਕ ਚੈਲੰਜ ਹੋ ਜਾਂਦਾ ਇੱਕ ਔਰਤ ਦੇ ਵਾਸਤੇ ਕਿਉਂਕਿ ਪਰਿਵਾਰ ਨੂੰ ਵੀ ਚਲਾਣਾ ਨਾਲ ਦੇ ਨਾਲ ਔਰ ਅੱਜ ਤੁਸੀਂ ਵੀ ਨਵਾਂ ਸ਼ਹਿਰ ਤੋਂ ਆਏ ਹੋ ਚੱਲ ਕੇ ਯਕੀਨਨ ਸਵੇਰ ਦੀ ਸਬਜ਼ੀ ਬਣਾ ਕੇ ਹੀ ਆਏ ਹੋ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਇਹ ਚੀਜ਼ ਇੱਕ ਨਾ ਬੜੀ ਵੱਡੀ ਹੋ ਜਾਂਦੀ ਇੱਕ ਔਰਤ ਦੇ ਵਾਸਤੇ ਬੜਾ ਵੱਡਾ ਚੈਲੰਜ ਹੋ ਜਾਂਦਾ ਤੁਸੀਂ ਜਿਹੜੇ ਮਰਜ਼ੀ ਮੁਕਾਮ ਤੇ ਚਰਨ ਪਹੁੰਚ ਜਾਓ ਨਾ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਘਰ ਦੇ ਕੰਮ ਜਿਹੜੇ ਹਨ ਉਹ ਕਰਨੇ ਹੀ ਪੈਂਦੇ ਨੇ ਕਿੰਨਾ ਤੱਕ ਸਹੀ ਹੈ ਬਿਲਕੁਲ ਸਹੀ ਹੈ ਜੀ ਕਈ ਲੋਕ ਮੈਨੂੰ ਦੇਖ ਕੇ ਕਹਿੰਦੇ ਨੇ ਵੀ ਤੈਨੂੰ ਲੱਗਦਾ ਨਹੀਂ ਵੀ ਤੂੰ ਕਦੀ ਘਰ ਦਾ ਕੰਮ ਕੀਤਾ ਹੋਣਾ ਵੀ ਕਿਉਂ ਨਹੀਂ ਘਰ ਜਾ ਕੇ ਦੇਖੋ ਸਾਡੇ ਸਾਰਾ ਕੁਝ ਕਰਦੇ ਆ ਇੱਕ ਮਾਂ ਨੂੰ ਹਰ ਇੱਕ ਕੰਮ ਕਰਨਾ ਪੈਂਦਾ ਉਹਨੂੰ ਲੱਗਦਾ ਕਿ ਮੈਂ ਜੋ ਆਪਣੇ ਹੱਥੀ ਕਰ ਰਹੀ ਆ ਨਾ ਉਸ ਤੋਂ ਵੱਡੀ ਕੋਈ ਚੀਜ਼ ਹੀ ਨਹੀਂ ਹੈ ਉਹ ਜ਼ਿਆਦਾ ਵਧੀਆ ਬਿਲਕੁਲ ਔਰ ਖਾਣਾ ਜਦ ਤੱਕ ਰਸੀ ਆਪਣੇ ਹੱਥੀ ਬਣਾਉਣੇ ਆ ਤਯੋਦੀ ਕੋਈ ਰੀਸੀ ਨਹੀਂ ਹੈ ਜਦੋਂ ਅਸੀਂ ਕਿ ਕਮਾ ਆਪਣੇ ਹੱਥਾਂ ਨਾਲ ਕੁੱਕ ਕਰਕੇ ਆਪਣੇ ਬੱਚਿਆਂ ਨੂੰ ਕੁਝ ਦਿੰਦੀ ਹੈ ਤੇ ਉਹਦਾ ਸਵਾਦ ਉਹਦੀ ਚੀਜ਼ ਵਿੱਚ ਜਿਹੜੀ ਬਰਕਤ ਹੁੰਦੀ ਹੈ ਉਹ ਇੱਕ ਲੇਡੀ ਹੀ ਜਾਣ ਸਕਦੀ ਹੈ ਜੀ ਤਾਂ ਬਿਲਕੁਲ ਉਹ ਸਾਰੇ ਕੰਮ ਕਰਕੇ ਹੀ ਅੱਜ ਅਸੀਂ ਇੱਥੇ ਬੈਠੇ ਆ ਤੁਸੀਂ ਆਏ ਹੋ ਤੁਸੀਂ ਵੀ ਘਰ ਨੂੰ ਕਿੱਦਾਂ ਸੰਭਾਲਦੇ ਹੋ ਇਹਨੂੰ ਬੈਲੈਂਸ ਕਰਨਾ ਹੀ ਇੱਕ ਔਰਤ ਦਾ ਕੰਮ ਹੈ ਅਸੀਂ ਘਰ ਦੀ ਜ਼ਿੰਦਗੀ ਔਰ ਬਾਹਰੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਬੈਲੈਂਸ ਕਰਕੇ ਅੱਗੇ ਵਧ ਰਹੇ ਹਾਂ ਉਹ ਬੜੀ ਵਧੀਆ ਚੀਜ਼ ਹੁੰਦੀ ਹੈ ਮੈਂ ਇਹ ਜ਼ਰੂਰੇ ਚਾਹਾਂਗੀ ਚਰਨ ਕਿ ਸਾਨੂੰ ਜ਼ਰੂਰ ਦੱਸੋ ਕਿ ਕਿਸ ਤਰੀਕੇ ਦੇ ਨਾਲ 15 ਤੋਂ ਬਾਅਦ 2015 ਤੋਂ ਬਾਅਦ ਜਦੋਂ ਸਾਰਾਂ ਦੇ ਵਿੱਚ ਤੁਸੀਂ ਸਾਊਥ ਦੇ ਵਿੱਚ ਵਿਨ ਕੀਤਾ ਹੈ ਨਾ ਉਸ ਤੋਂ ਬਾਅਦ ਇੱਕ ਪਰਿਵਾਰ ਨੂੰ ਮਨਾਉਣਾ ਕਿ ਮੈਂ ਹਾਂ ਮੈਂ ਫਿਲਮਾਂ ਕਰਨੀਆਂ ਨੇ ਹਾਂਜੀ ਇਹ ਵੀ ਇੱਕ ਵੱਡਾ ਚੈਲੰਜ ਹੈ ਹੈਨਾ ਇੱਕ ਵਿਆਹੀ ਔਰਤ ਨੇ ਮੈਨੂੰ ਲੱਗਦਾ ਹੈ ਜਿਆਦਾ ਵੱਡਾ ਚੈਲੰਜ ਹੈ ਕੁਵਾਰੀ ਤਾਂ ਜਿਦ ਬਜਦ ਕਰਕੇ ਵੀ ਮਾਪਿਓ ਨੂੰ ਮਨਾ ਲੈਂਦੀ ਹੈ ਹੈਨਾ ਤੇ ਜਦੋਂ ਵਿਆਹੀ ਜਾਂਦੀ ਹੈ ਔਰਤ ਉਹਦੇ ਵਾਸਤੇ ਦੋ ਪਰਿਵਾਰਾਂ ਨੂੰ ਮੈਨੇਜ ਕਰਨਾ ਤੇ ਨਾਲ ਇਸ ਫੀਲਡ ਵਿੱਚ ਜਾਣਾ ਬੜਾ ਔਖਾ ਹੋ ਜਾਂਦਾ ਹੈ ਕੀ ਸਮਝਦੇ ਹੋ ਤੁਸੀਂ ਇਸ ਚੀਜ਼ ਨੂੰ ਬਿਲਕੁਲ ਜੀ ਮੈਂ ਤੁਹਾਨੂੰ ਕਿਹਾ ਕਦੀ ਵੀ ਮੈਂ ਕੁਝ ਸੋਚਿਆ ਨਹੀਂ ਸੀਗਾ ਨਾ ਤਾਂ ਪੜ੍ਹਾਈ ਕਰਦੇ ਸੋਚਿਆ ਸੀਗਾ ਨਾ ਹੀ ਮੈਂ ਮਿਸਿਸ ਪੰਜਾਬ ਚ ਪਾਰਟਿਸਿਪੇਟ ਕੀਤਾ ਉਹ ਵੀ ਇਦਾਂ ਹੀ ਟੀਵੀ ਚ ਦੇਖ ਕੇ ਮੈਂ ਕਰ ਦਿੱਤਾ ਅਪਲਾਈ ਔਰ ਪਾਰਟਿਸਿਪੇਟ ਕਰ ਲਿੱਤਾ ਉੱਥੋਂ ਹਾਰਨ ਤੋਂ ਬਾਅਦ ਹੀ ਮੈਂ ਤੁਹਾਨੂੰ ਕਿਹਾ ਨ ਮੈਨੂੰ ਮੇਰੀ ਹਾਰ ਨੇ ਮੈਨੂੰ ਬਹੁਤ ਪੁਸ਼ ਕੀਤਾ ਜਦੋਂ ਸਾਨੂੰ ਜਿੱਤਾਂ ਹੀ ਪ੍ਰਾਪਤ ਹੁੰਦੀਆਂ ਰਹਿੰਦੀਆਂ ਨਾ ਤਾਂ ਸਾਨੂੰ ਲੱਗਦਾ ਸਭ ਈਜ਼ੀ ਹੈ ਹਨਾ ਤੇ ਉਹ ਹਾਰ ਲਾਈਫ ਚ ਬਹੁਤ ਜ਼ਰੂਰੀ ਹੈ ਜੇ ਉਹ ਹਾਰ ਨਾ ਹੁੰਦੀ ਤੇ ਅੱਜ ਮੈਂ ਇੱਥੇ ਨਾ ਹੁੰਦੀ ਉਹ ਹਾਰ ਨੇ ਮੈਨੂੰ ਸਿਖਾਇਆ ਮੈਨੂੰ ਆਪਣੇ ਆਪ ਨਾਲ ਮਿਲਾਇਆ ਉਸ ਤੋਂ ਬਾਅਦ ਮੈਂ ਨਾਰਥ ਇੰਡੀਆ ਚ ਪਾਰਟਿਸਿਪੇਟ ਕੀਤਾ ਤੁਹਾਨੂੰ ਦੱਸਿਆ ਉਹਨੂੰ ਵਿਨ ਕੀਤਾ ਨਾ ਜਦੋਂ ਤੇ ਆਪਣੀ ਇੰਟਰੋਡਕਸ਼ਨ ਦਿੱਤੀ ਮੈਨੂੰ ਬੜੇ ਸਾਰੇ ਆਫਰਸ ਆਣ ਲੱਗ ਗਏ ਮੂਵੀ ਦੇ ਕਿ ਹਾਂਜੀ ਤੁਸੀਂ ਇਸ ਗਾਣੇ ਚ ਪਰਫਾਰਮ ਕਰੋ ਜਾਂ ਇਸ ਮੂਵੀ ਚ ਕੰਮ ਕਰੋ ਤੁਸੀਂ ਤੇ ਮੈਂ ਆਪਣੇ ਹਸਬੰਡ ਨੂੰ ਹੀ ਪੁੱਛਿਆ ਆਪਣੇ ਬੱਚਿਆਂ ਨੂੰ ਹੀ ਜਿਹੜੇ ਮੇਰੀ ਸਪੋਰਟ ਨੇ ਹਨਾ ਬਿਗੇਸਟ ਕਿ ਹਾਂ ਮੈਨੂੰ ਕਰਨਾ ਚਾਹੀਦਾ ਉਹਨਾਂ ਨੇ ਕਿਹਾ ਬਿਲਕੁਲ ਤੈਨੂੰ ਕਰਨਾ ਚਾਹੀਦਾ ਜੇ ਤੈਨੂੰ ਐਡੀ ਵੱਡੀ ਓਪਰਚੁਨਿਟੀ ਮਿਲੀ ਹੈ ਤੇ ਤੂੰ ਕਾਰੋਂ ਨੂੰ ਗ੍ਰੈਬ ਕਰ ਹਨਾ ਇਸੇ ਤਰ੍ਹਾਂ ਹੀ ਤੁਹਾਨੂੰ ਦੱਸਿਆ ਮੈਂ ਸੋਚਿਆ ਨਹੀਂ ਸੀ ਕੁਝ ਵੀ ਪਲਾਨ ਨਹੀਂ ਸੀਗਾ ਕੁਝ ਵੀ ਉਹ ਪਰਮਾਤਮਾ ਦੀ ਇੱਕ ਬlesing ਨੂੰ ਮੈਂ ਬlesing ਹੀ ਲਿਆ ਔਰ ਅੱਗੇ ਵੱਧਦੀ ਗਈ ਔਰ ਇੱਕ ਮੂਵੀ ਤੋਂ ਬਾਅਦ ਦੂਸਰੀ ਦੂਸਰੀ ਤੋਂ ਬਾਅਦ ਤੀਸਰੀ ਮਤਲਬ ਆਂਦੀਆਂ ਗਈਆਂ ਔਰ ਮੈਂ ਕਰਦੀ ਗਈ ਪਰਮਾਤਮਾ ਨੇ ਸਾਥ ਦਿੱਤਾ ਔਰ ਮੇਰੇ ਪਰਿਵਾਰ ਨੇ ਜਦੋਂ ਦੇਖੋ ਪਰਿਵਾਰ ਦਾ ਤੁਹਾਨੂੰ ਸਾਥ ਮਿਲ ਜਾਂਦਾ ਨਾ ਤਾਂ ਕੋਈ ਵੀ ਚੀਜ਼ ਮੁਸ਼ਕਿਲ ਨਹੀਂ ਰਹਿੰਦੀ ਫਿਰ ਫਿਰ ਸਾਨੂੰ ਦੁਨੀਆ ਦੀ ਪਰਵਾਹ ਨਹੀਂ ਰਹਿੰਦੀ ਕਿ ਹਾਂ ਕੋਈ ਕੀ ਕਹਿ ਰਿਹਾ ਕਿਉਂਕਿ ਕੁਝ ਤਾਂ ਲੋਕ ਕਹੇਗੇ ਲੋਕੋ ਦਾ ਕੰਮ ਹੈ ਕਹਿਣਾ ਛੋੜੋ ਨਾ ਬੇਕਾਰ ਕੀ ਬਾਤਾਂ ਤੋ ਉਹਨੂੰ ਆਪ ਪਿੱਛੇ ਛੋੜ ਕੇ ਜਦੋਂ ਕੰਮ ਕਰਦੇ ਹੋ ਨਾ ਤੁਸੀਂ ਤਾਂ ਬਹੁਤ ਅੱਗੇ ਵਧਦੇ ਹੋ ਤੁਸੀਂ ਕਿਉਂਕਿ ਜ਼ਿੰਦਗੀ ਦੇ ਵਿੱਚ ਸਕਸੈਸ ਸਿਰਫ ਇਹਨੂੰ ਹੀ ਨਹੀਂ ਕਹਿੰਦੇ ਸ਼ਖਸੀਅਤ ਦਾ ਵਿਕਾਸ ਸਿਰਫ ਇਹਨੂੰ ਹੀ ਨਹੀਂ ਕਹਿੰਦੇ ਕਿ ਤੁਸੀਂ ਆਪਣੇ ਆਪ ਨੂੰ ਲੈ ਕੇ ਹਮੇਸ਼ਾ ਅੱਗੇ ਵਧਦੇ ਰਹੋ ਆਪਣੇ ਪਰਿਵਾਰ ਨੂੰ ਲੈ ਕੇ ਅੱਗੇ ਵਧਦੇ ਰਹੋ ਸਮਾਜ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਕਈ ਵਾਰੀ ਨਾ ਮਨ ਕਰਦਾ ਹੈ ਕਿ ਅਸੀਂ ਸਮਾਜ ਦੀ ਸੇਵਾ ਕਰੀਏ ਹੈਨਾ ਤੇ ਚਰਨ ਜਿਹੜੀ ਹੈ ਉਹ ਕੱਲੀ ਘਰ ਦੀ ਸੇਵਾ ਨਹੀਂ ਕਰਦੀ ਸਮਾਜ ਦੀ ਸੇਵਾ ਵੀ ਕਰਦੀ ਹੈ ਸੋਸ਼ਲ ਵਰਕਰ ਵੀ ਆ ਔਰ ਸਾਤੋਂ ਵੱਧ ਇਨਾਮ ਜਿਹੜੇ ਨੇ ਹੁਣ ਤੱਕ ਸੋਸ਼ਲ ਵਰਕਰ ਦੇ ਤੌਰ ਦੇ ਉੱਤੇ ਵੀ ਤੁਸੀਂ ਲੈ ਚੁੱਕੇ ਹੋ ਇਧਰ ਕਿਵੇਂ ਰੁਕ ਹੋਇਆ ਇਧਰ ਕਿਵੇਂ ਆਣਾ ਹੋਇਆ ਤਨ ਦੱਸ ਰਹੀਆਂ ਕੁਝ ਵੀ ਪਲਾਨ ਨਹੀਂ ਸੀਗਾ ਜਦੋਂ ਮੈਂ ਨਾਰਥ ਇੰਡੀਆ ਵੀ ਵਿਨ ਕੀਤਾ ਨਾ ਤੇ ਮੇਰੇ ਮਨ ਚ ਆਇਆ ਵੀ ਜੋ ਵੀ ਕੁਝ ਮੈਨੂੰ ਮਿਲੇਗਾ ਨਾ ਮੈਂ ਸੋਸ਼ਲ ਐਕਟੀਵਿਟੀਜ਼ ਵਿੱਚ ਲਗਾਵਾਂਗੀ ਇਹਨੂੰ ਜੇ ਮੈਂ ਪੜੀ ਆ ਨਾ ਤਾਂ ਕੋਈ ਵੀ ਕੁੜੀ ਪੜ ਸਕਦੀ ਆ ਸਭ ਤੋਂ ਪਹਿਲੇ ਮੈਨੂੰ ਲੱਗਿਆ ਕਿ ਐਜੂਕੇਸ਼ਨ ਬਹੁਤ ਜ਼ਰੂਰੀ ਹੈ ਬਿਲਕੁਲ ਜੇ ਮੈਂ ਸਿੱਖਿਤ ਨਾ ਹੁੰਦੀ ਤੇ ਮੈਂ ਅੱਜ ਇੱਥੇ ਨਾ ਹੁੰਦੀ ਮੈਂ ਅੱਗੇ ਨਹੀਂ ਵੱਧ ਪਾਂਦੀ ਕਿਉਂਕਿ ਮੈਂ ਤੁਹਾਨੂੰ ਦੱਸਿਆ ਮੈਂ ਕਦੀ ਕਾਲਜ ਨਹੀਂ ਗਈ ਸੀਗੀ ਮੈਂ ਕਾਲਜ ਲਾਈਫ ਨਹੀਂ ਦੇਖੀ ਸੀ ਕਦੀ ਵੀ ਜਦੋਂ ਮੈਂ ਐਗਜ਼ਾਮ ਦੇਣ ਜਾਂਦੀ ਸੀ ਮੈਨੂੰ ਲੱਗਦਾ ਸੀ ਇਹ ਕੁੜੀਆਂ ਬੜੀਆਂ ਹੀ ਅੱਗੇ ਨੇ ਮੇਰੇ ਕਿ ਚ ਰਹਿੰਦੀ ਆ ਜਾਂ ਮੈਂ ਕਿਹੜੀ ਦੁਨੀਆ ਚ ਰਹਿਨੀ ਆ ਘਰ ਪਰਿਵਾਰ ਤੱਕ ਸੀਮਿਤਾਂ ਕਿਉਂ ਨਾ ਮੈਂ ਕਦੀ ਵੀ ਕੁਛ ਅਚੀਵ ਕੀਤਾ ਨਾ ਤੇ ਮੈਂ ਬੱਚਿਆਂ ਲਈ ਬਹੁਤ ਕੁਝ ਕਰਾਂਗੀ ਕੁੜੀਆਂ ਲਈ ਬਹੁਤ ਕੁਝ ਕਰਾਂਗੀ ਸੋ ਜਦ ਵੀ ਮੈਂ ਕੁਛ ਅਚੀਵ ਕਰਨਾ ਸ਼ੁਰੂ ਕੀਤਾ ਨਾ ਮੈਨੂੰ ਸਿਗਾ ਵੀ ਮੈਂ ਕੋਈ ਸੋਸ਼ਲ ਐਕਟੀਵਿਟੀਆਂ ਕਰਾਂ ਮੈਂ ਸਮਾਜ ਲਈਏ ਜਾਂ ਸਲਮਜ਼ ਵਿੱਚ ਜਿਹੜੇ ਬੱਚੇ ਪੜ੍ਹ ਨਹੀਂ ਨਾ ਪਾ ਰਹੇ ਉਹਨਾਂ ਦੀ ਹੈਲਪ ਕਰਾਂ ਸੋ ਸਭ ਤੋਂ ਪਹਿਲੇ ਮੈਂ ਉਹੀ ਕੀਤਾ ਫਿਰ ਜਦ ਵੀ ਵਨ ਕੀਤਾ ਮੈਂ ਤੇ ਸਭ ਤੋਂ ਪਹਿਲੇ ਮੈਂ 슬ਮਜ਼ਿਚ ਕੁੜੀਆਂ ਨੂੰ ਪੜਾਉਣਾ ਸ਼ੁਰੂ ਕੀਤਾ ਉਹਨਾਂ ਨੂੰ ਸਟੇਸ਼ਨਰੀ ਦਵਾ ਉਹਨਾਂ ਨੂੰ ਪੜਾਵਾ ਜੋ ਮੇਰੇ ਕੋਲ ਗਿਆਨ ਹੈ ਨਾ ਮੈਂ ਅੱਗੇ ਵੰਡਾ ਉਹਨੂੰ ਆਪਣੇ ਤੱਕ ਨਾ ਰੱਖਾਂ ਤੇ ਸਾਰੀ ਦੁਨੀਆ ਵਿੱਚ ਵੰਡਾ ਉਹਨੂੰ ਕੁੜੀਆਂ ਆਪਣੇ ਪੈਰਾਂ ਤੇ ਖੜੀਆਂ ਹੋ ਸਕਣ ਕਿਉਂਕਿ ਅੱਜ ਵੀ ਸਮਾਜ ਵਿੱਚ ਅਸੀਂ ਦੇਖਦੇ ਹਾਂ ਕਿ ਕੁੜੀਆਂ ਨੂੰ ਪਿੱਛੇ ਰੱਖਿਆ ਜਾਂਦਾ ਹੈ ਪਤਾ ਨਹੀਂ ਕਿਉਂ ਚਾਹੇ ਉਹ ਵੇੜੀਆਂ ਨੇ ਚਾਹੇ ਉਹ ਕਵਾਰੀਆਂ ਨੇ ਹਰ ਕੰਮ 'ਚ ਨਾ ਮੁੰਡਿਆਂ ਤੋਂ ਪਿੱਛੇ ਨੇ ਚਾਹੇ ਅਸੀਂ ਕਹ ਦੇਂਦੇ ਆ ਕਿ ਨਹੀਂ ਮੁੰਡਿਆਂ ਦੇ ਬਰਾਬਰ ਨਹੀਂ ਮਾਪਿਆਂ ਲਈ ਬਰਾਬਰ ਹੁੰਦੀਆਂ ਬਟ ਜਦੋਂ ਸਮਾਜ ਦੀ ਗੱਲ ਕਰਦੇ ਆ ਨਾ ਤਾਂ ਬਹੁਤ ਜਗ੍ਹਾ ਅਸੀਂ ਦੇਖਦੇ ਆ ਕਿ ਕੁੜੀਆਂ ਨੂੰ ਪਿੱਛੇ ਰੱਖੋ ਕਿ ਇਹ ਬਹੂਏ ਤਾਂ ਇਹ ਕੰਮ ਨਹੀਂ ਕਰ ਸਕਦੀ ਇਹ ਵਧੀਆ ਨਹੀਂ ਇਹ ਚੰਗਾ ਨਹੀਂ ਮਾੜਾ ਨਹੀਂ ਇਹ ਲੋਕ ਸਾਡੇ ਲਈ ਡਿਸਾਈਡ ਕਰਦੇ ਨੇ ਅਸੀਂ ਨਹੀਂ ਸਾਨੂੰ ਇਹ ਸੋਚਣ ਦਾ ਹੱਕ ਨਹੀਂ ਦਿੱਤਾ ਜਾਂਦਾ ਕਿ ਇਹ ਸਹੀ ਹੈ ਕਿ ਗਲਤ ਹੈ ਸਾਨੂੰ ਪਰਮਾਤਮਾ ਨੇ ਦੇਖੋ ਸੋਚ ਸਮਝ ਸਭ ਨੂੰ ਇੱਕੋ ਜੀ ਦਿੱਤੀ ਹੈ ਬਿਲਕੁਲ ਹਣਾ ਬਟ ਲੋਕ ਸਾਡੇ ਲਈ ਸੋਚਦੇ ਨੇ ਵੀ ਇਹ ਕੰਮ ਗਲਤ ਹੈ ਇਹ ਕੰਮ ਸਹੀ ਹੈ ਸੋ ਮੈਂ ਸੋਚਿਆ ਵੀ ਪਹਿਲੇ ਇਹਨੂੰ ਕਿਉਂ ਨਾ ਤੋੜਿਆ ਜਾਵੇ ਤੇ ਦੂਸਰਿਆਂ ਦੀ ਹੈਲਪ ਕੀਤੀ ਜਾਵੇ ਕੁੜੀਆਂ ਨੂੰ ਪੜਾਇਆ ਜਾਵੇ ਸੋ ਮੈਂ ਜੋ ਵੀ ਹੁੰਦਾ ਸੀ ਇਸ ਦਾ ਸੰਬੰਧ ਦੇ ਤੌਰ ਤੇ ਜਾਂ ਕੁਝ ਵੀ ਅਚੀਵ ਕਰਦੀ ਸੀ ਤਾਂ ਸਭ ਤੋਂ ਪਹਿਲੇ ਸਲਮਜ਼ ਵਿੱਚ ਜਾ ਕੇ ਬੱਚਿਆਂ ਨੂੰ ਉਹ ਖੁਸ਼ੀ ਦਿੰਦੀ ਸੀ ਕੋਈ ਚੰਗਾ ਚੀਜ਼ ਹੈ ਕੋਈ ਮਾੜੀ ਚੀਜ਼ ਹੈ ਨਾ ਹਰ ਤੋਂ ਸਭ ਤੋਂ ਪਹਿਲੇ ਉਹਨਾਂ ਨਾਲ ਸ਼ੇਅਰ ਕਰਦੀ ਸੀ ਤਾਂ ਕਿ ਉਹ ਪੜਪਾਨ ਉਹਨਾਂ ਨੂੰ ਮੈਂ ਆਪਣੀਆਂ ਚੀਜ਼ਾਂ ਸ਼ੇਅਰ ਕਰਾਂ ਹੋਰਾਂ ਨੂੰ ਦੱਸਾਂਗੇ ਦੇਖੋ ਉਹ ਮਜ਼ਾਕ ਉਡਾਨਗੇ ਪਤਾ ਨਹੀਂ ਸਾਡੀ ਸ਼ਲਾਗਾ ਕਰਨਗੇ ਜਾਂ ਨਹੀਂ ਹਰ ਕੋਈ ਤੁਹਾਡੀ ਆਲੋਚਨਾ ਕਰੇਗਾ ਹਨਾ ਚੰਗਿਆਈ ਤਾਂ ਕੋਈ ਬਾਅਦ ਚ ਦੇਗਾ ਤੇ ਮੈਨੂੰ ਲੱਗਿਆ ਇਹ ਸਾਡੇ ਉਹ ਦੋਸਤ ਨੇ ਨਾ ਜਿਹੜੇ ਹਮੇਸ਼ਾ ਹੀ ਤੁਹਾਡਾ ਸਾਥ ਦੇਣਗੇ ਸ਼ਾਇਦ ਉਹਨਾਂ ਦੀਆਂ ਦੁਆਵਾਂ ਹੀ ਸੀਗੇ ਕਿ ਅੱਜ ਮੈਂ ਇੱਥੇ ਪਹੁੰਚੀ ਹਾਂ ਤੇ ਮੈਂ ਉਹਨਾਂ ਨੂੰ ਆਪਣਾ ਸਾਰਾ ਹਿੱਸਾ ਦੇਣਾ ਸ਼ੁਰੂ ਕੀਤਾ ਹਾਂ ਕਿਉਂਕਿ ਪਰਮਾਤਮਾ ਨੇ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਨਾਲ نوازਿਆ ਸੀਗਾ ਮੈਨੂੰ ਲੱਗਿਆ ਕਿ ਮੇਰੇ ਕੋਲ ਸਭ ਕੁਝ ਹੈ ਤੇ ਮੈਂ ਲੋਕਾਂ ਨੂੰ ਦਵਾ ਹਨਾ ਉਹ ਚੀਜ਼ਾਂ ਸੋ ਮੈਂ ਐਨ ਜੀਓਜ਼ ਜੁਆਇਨ ਕੀਤੇ ਐਨ ਜੀਓਜ਼ ਨਾਲ ਰਲ ਕੇ ਸੇਵਾ ਕਰਨੀ ਸ਼ੁਰੂ ਕੀਤੀ ਕਿ ਹਾਂ ਮੈਂ ਸਭ ਤੋਂ ਪਹਿਲੇ ਦੱਸਿਆ ਕਿ ਸਾਡੇ ਐਨ ਜੀਓ ਵੀ ਉਹੀ ਕੁਝ ਕਰਦਾ ਹੈ ਕੁੜੀਆਂ ਨੂੰ ਸਿੱਖਿਅਤ ਕਰਨਾ ਕੁੜੀਆਂ ਨੂੰ ਸਟੇਸ਼ਨਰੀ ਪ੍ਰੋਵਾਈਡ ਕਰਾਉਣਾ ਉਹਨਾਂ ਨੂੰ ਪੜਾਉਣਾ ਉਹਨਾਂ ਨੂੰ ਪੈਰਾ ਤੇ ਖੜੇ ਕਰਨਾ ਸੋ ਮੈਂ ਇਸੇ ਤਰ੍ਹਾਂ ਐਨ ਜੀਓਜ਼ ਨਾਲ ਜੁੜਦੀ ਗਈ ਤੇ ਸਮਾਜ ਸੇਵਿਕਾ ਬਣ ਗਈ ਇਕ ਨਾ ਕਹਿੰਦੇ ਇੰਟਰਨਲ ਸੈਟੀਸਫੈਕਸ਼ਨ ਅੰਦਰੂਨੀ ਦਾ ਸ਼ਬਦ ਹੈ ਹਨਾ ਤੁਹਾਨੂੰ ਜਦ ਤੱਕ ਅੰਦਰੂਨੀ ਖੁਸ਼ੀ ਨਹੀਂ ਨਾ ਮਿਲਦੀ ਤਦ ਤੱਕ ਤੁਸੀਂ ਕੁਝ ਨਹੀਂ ਕਰ ਸਕਦੇ ਹਾਂਜੀ ਅ ਐਨ ਜੀਓਜ਼ ਨਾਲ ਜੁੜ ਕੇ ਤੇ ਇਹਨਾਂ ਬੱਚਿਆਂ ਦੀ ਸੇਵਾ ਕਰਕੇ ਜਿਹੜੀ ਅੰਦਰੂਨੀ ਖੁਸ਼ੀ ਸੀ ਉਹ ਕਿੰਨੇ ਕੁ ਮਿਲੀ ਬਹੁਤ ਖੁਸ਼ੀ ਮਿਲੀ ਜੀ ਤੁਹਾਨੂੰ ਦੱਸਿਆ ਇਹਨੂੰ ਆਪਾਂ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੇ ਜਦੋਂ ਅਸੀਂ ਕਿਸੇ ਸੇਵਾ ਭਾਵ ਨਾਲ ਕੋਈ ਕੰਮ ਕਰਦੇ ਹਾਂ ਨਾ ਤਾਂ ਉਹ ਤੁਹਾਨੂੰ ਪਰਮਾਤਮਾ ਅੰਦਰੋਂ ਹੀ ਇੱਕ ਬੜੀ ਖੁਸ਼ੀ ਦਿੰਦਾ ਹੈ ਉਹ ਇੱਕ ਬਲੇਸਿੰਗਸ ਦਾ ਰੂਪ ਕਿਉਂਕਿ ਇਹ ਬੱਚੇ ਜਿਹੜੇ ਹੁੰਦੇ ਆ ਇਹ ਸਾਨੂੰ ਉਹ ਦੁਨਿਆਵੀ ਪਿਆਰ ਨਹੀਂ ਕਰਦੇ ਇਹ ਅੰਦਰੂਨੀ ਪਿਆਰ ਕਰਦੇ ਨੇ ਉਹਨਾਂ ਨੂੰ ਵੀ ਲੱਗਦਾ ਕਿ ਹਾਂ ਅੱਜ ਮੈਮ ਦਾ ਬਰਥਡੇ ਆ ਤੇ ਸਾਡੇ ਨਾਲ ਸੈਲੀਬ੍ਰੇਟ ਕਰਨ ਆਣਗੇ ਉਹ ਛੋਟੀਆਂ-ਛੋਟੀਆਂ ਖੁਸ਼ੀਆਂ ਦੇ ਕੇ ਜਿਹੜੀ ਅੰਦਰੋਂ ਖੁਸ਼ੀ ਮਿਲਦੀ ਉਹ ਬਿਆਨ ਨਹੀਂ ਕਰ ਸਕਦੇ ਅਸੀਂ ਵਾਕਈ ਬਹੁਤ ਵਧੀਆ ਲੱਗਦਾ ਲੱਗਦਾ ਕਿ ਪਰਮਾਤਮਾ ਨੇ ਸਾਨੂੰ ਉਸ ਚੀਜ਼ ਨਾਲ ਨਿਵਾਜਿਆ ਕਿ ਅਸੀਂ ਕਿਸੇ ਦੀ ਹੈਲਪ ਕਰ ਸਕਦੇ ਹਾਂ ਸੋ ਇਸੇ ਤਰ੍ਹਾਂ ਹੀ ਮੈਂ ਤੁਹਾਨੂੰ ਦੱਸਿਆ ਮੈਨੂੰ ਸੋਸ਼ਲ ਐਕਟੀਵਿਟੀਆਂ ਕਰਦੀ ਰਹੀ ਅਵਾਰਡਸ ਮਿਲਨੇ ਸ਼ੁਰੂ ਹੋ ਗਏ ਕਿ ਹਾਂ ਤੁਸੀਂ ਸਮਾਜ ਸੇਵਿਕਾ ਬਣ ਗਏ ਜਾਂ ਤੁਸੀਂ ਸਮਾਜ ਲਈ ਕੁਝ ਕਰ ਰਹੇ ਹੋ ਅੱਛਾ ਕਰ ਰਹੇ ਹੋ ਇੱਕ ਰੋਲ ਮਾਡਲ ਬਣ ਗਏ ਸੋ ਕੀ ਅਸੀਂ ਕਿਸੇ ਲਈ ਕੁਝ ਕਰ ਸਕਦੇ ਆ ਜਾਂ ਸਾਦੂ ਦੇ ਕੇ ਕੋਈ ਪ੍ਰਭਾਵਿਤ ਹੋ ਸਕਦਾ ਹੈ ਬਿਲਕੁਲ ਬਿਲਕੁਲ ਜਦੋਂ ਗੱਲ ਕਰਦੇ ਆ ਨਾ ਅਸੀਂ ਪਰਸਨੈਲਿਟੀ ਡਿਵੈਲਪਮੈਂਟ ਦੀ ਜੇ ਜ਼ਰੂਰੀ ਪਹਿਲੂ ਦੀ ਗੱਲ ਕੀਤੀ ਜਾਵੇ ਯਾਨੀ ਕਿ ਤੁਹਾਡੀ ਆਪਣੀ ਸ਼ਖਸੀਅਤ ਹੁੰਦੀ ਵਿਕਾਸ ਦੇ ਵਾਸਤੇ ਸਭ ਤੋਂ ਜ਼ਿਆਦਾ ਜ਼ਰੂਰੀ ਪਹਿਲੂ ਜਿਹੜਾ ਵਾ ਉਹ ਕੀ ਹੋ ਸਕਦਾ ਦੇਖੋ ਪਹਿਲੂ ਅਸੀਂ ਆਪਣੇ ਆਪ ਨੂੰ ਮੰਨਦੇ ਆ ਆਪਣੇ ਆਪ ਨੂੰ ਨਿਖਾਰਨਾ ਹਣਾ ਆਪਣੇ ਆਪ ਨੂੰ ਨਿਖਾਰਨ ਲਈ ਬਾਰੀ ਦੇਖ ਇੰਪੋਰਟੈਂਟ ਹੈ ਨੋਲੇਜ ਇੰਪੋਰਟੈਂਟ ਹੈ ਹਣਾ ਸਾਨੂੰ ਗਿਆਨ ਕਿੰਨਾ ਕਹੇ ਉਹ ਗਿਆਨ ਉਹ ਕਿਤਾਬਾਂ ਚ ਹੀ ਆ ਸਿਰਫ ਅਸੀਂ ਜਿੰਨਾ ਪੜੇ ਲਿਖਿਆ ਉਹਨੂੰ ਯੂਟਿਲਾਈਜ਼ ਅਸੀਂ ਕਿੱਥੇ ਉਹਨੂੰ ਵਰਤ ਸਕਦੇ ਹਣਾ ਉਹ ਬਹੁਤ ਇੰਪੋਰਟੈਂਟ ਹੈ ਸੋ ਗਿਆਨ ਜਿਹੜਾ ਕਿਤਾਬਾਂ ਨੂੰ ਲੈ ਕੇ ਜਾਂ ਆਪਣੀ ਪਰਸਨੈਲਿਟੀ ਨੂੰ ਲੈ ਕੇ ਅਸੀਂ ਦੂਸਰਿਆਂ ਨੂੰ ਪ੍ਰਭਾਵਿਤ ਕਰਨਾ ਹੈ ਨਾ ਉਹ ਸਾਰੀਆਂ ਚੀਜ਼ਾਂ ਹੀ ਇਹਦੇ ਵਿੱਚ ਆ ਜਾਂਦੀਆਂ ਨੇ ਮੇਰੇ ਦਿਲ ਨਹੀਂ ਕਰਦਾ ਕਿ ਤੁਹਾਡੇ ਨਾਲ ਗੱਲ ਕੱਟੀ ਜਾਵੇ ਸੋ ਚਰਨ ਜੀ ਗੱਲ ਕਰਦੇ ਆ ਤੁਹਾਡੀਆਂ ਮੂਵੀਜ਼ ਦੀ ਲੇਟੈਸਟ ਵੀਕ ਮੂਵੀ ਆਈ ਹੈ ਮਨਾਮੀ ਲਵਾਂਗੀ ਉਹਦਾ ਬਹੁਤ ਵੱਡੀ ਲੋਕਾਂ ਨੇ ਖਾਸ ਕਰਕੇ ਨੌਜਵਾਨਾਂ ਨੇ ਬੜੀ ਪਸੰਦ ਕੀਤੀ ਹੈ ਨਾ ਉਸ ਮੂਵੀ ਦੇ ਵਿੱਚ ਵੀ ਤੁਸੀਂ ਕੰਮ ਕੀਤਾ ਕਿਉਂਕਿ ਆਣਾ ਜਾਣਾ ਉੱਥੇ ਰਹਿਣਾ ਕਿਉਂਕਿ ਉੱਥੋਂ ਘਰ ਵੀ ਫੋਨ ਕਰਦੇ ਨੇ ਵੀ ਸਾਰਾ ਕੁਝ ਠੀਕ ਹੈ ਨਾ ਇੱਕਔਰਤ ਦੇ ਵਾਸਤੇ ਕਿੰਨਾ ਚੈਲੰਜ ਹੋ ਜਾਂਦਾ ਮੂਵੀਜ਼ ਦਾ ਕਰਨਾ ਜਿਹੜਾ ਖਾਸ ਤੌਰ ਤੇ ਜਿਹੜੀ ਵਿਆਹੀ ਹੋਵੇ ਬੱਚੇ ਵੀ ਹੋਣ ਹਰ ਇੱਕ ਲਈ ਮੁਸ਼ਕਿਲਾਂ ਦੇਖੋ ਅਸੀਂ ਸਮਾਂ ਕੱਢ ਕੇ ਹੀ ਕੋਈ ਵੀ ਕੰਮ ਕਰ ਸਕਦੇ ਹਾਂ ਨਾ ਕੋਈ ਵੀ ਹੈ ਟੀਚਰ ਲਾਈਨ ਦੇਖ ਲੋ ਡਾਕਟਰ ਲਾਈਨ ਦੇਖ ਲੋ ਡੈਡੀਕੇਸ਼ਨ ਜਿੰਨੀ ਹੁੰਦੀ ਹੈ ਸ਼ੌਂਕ ਜਿਹੜਾ ਕੰਮ ਕਰਨਦਾ ਨਾ ਕਿ ਹਾਂ ਮੈਨੂੰ ਵੀ ਸ਼ੌਂਕ ਹੀ ਸੀਗਾ ਤੁਹਾਨੂੰ ਦੱਸਿਆ ਕਿ ਹਾਂ ਮੈਂ ਕਦੀ ਟੀਵੀ 'ਚ ਜਾਵਾਂ ਮੈਂ ਕਦੀ ਟੀਵੀ 'ਚ ਕੰਮ ਕਰਾਂ ਨਾ ਸ਼ੁਰੂ ਤੋਂ ਬਚਪਨ 'ਚ ਬੜੇ ਸਾਰੇ ਸ਼ੌਂਕ ਹੁੰਦੇ ਨੇ ਬਟ ਸੋਚਿਆ ਨਹੀਂ ਸੀ ਕਦੀ ਪੂਰਾ ਹੋਏਗਾ ਇਹ ਸ਼ੌਂਕ ਹਨਾ ਟੀਵੀ ਦੇਖਣਾ ਜਾਂ ਬੜਾ ਟੀਵੀ ਦਾ ਵੀ ਕੀੜਾ ਹੁੰਦਾ ਸੀ ਮੈਨੂੰ ਕਿ ਹਾਂ ਮੈਂ ਸਾਰਾ ਦਿਨ ਟੀਵੀ ਦੇਖਦੀ ਰਵਾਂ ਹਨਾ ਟੀਵੀ 'ਚ ਜਾ ਕੇ ਕਦੀ ਕੰਮ ਕਰਨ ਦਾ ਮੌਕਾ ਮਿਲੇ ਤੇ ਇਹ ਤਾਂ ਮੈਂ ਸੁਪਨੇ 'ਚ ਵੀ ਨਹੀਂ ਸੋਚਿਆ ਸੀਗਾ ਸੋ ਇਸੇ ਤਰ੍ਹਾਂ ਹੀ ਪੋਲੀਵੁੱਡ ਫਿਲਮਾਂ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਤੁਹਾਨੂੰ ਦੱਸਿਆ ਮੈਂ ਜਦੋਂ ਨਾਰਥ ਇੰਡੀਆ ਵਿਨ ਕੀਤਾ ਉਸ ਤੋਂ ਬਾਅਦ ਆਫਰਸ ਆਣ ਲੱਗੀਆਂ ਤੇ ਮੈਂ ਓਪਰਚ्युनिटीਜ਼ ਨੂੰ ਅਪਣਾ ਲਿਆ ਫਟਾਫਟ ਹਾਂ ਵੀ ਮੈਨਾਂ ਕਰਨਾ ਹੈ ਮੇਰਾ ਸੁਪਨਾ ਪੂਰਾ ਕਰਦੇ ਬਾਲੀਵੁੱਡ ਮੂਵੀਜ਼ ਇਚ ਕੰਮ ਕਰਨ ਦਾ ਮੌਕਾ ਮਿਲਿਆ ਤੇ ਉਹ ਤੇ ਮਤਲਬ ਮੇਰੀ ਸਪਨੇ ਤੋਂ ਵੀ ਪਰੇ ਸੀ ਜਦੋਂ ਕਾਲ ਆਈ ਮੈਨੂੰ ਉਸ ਮੂਵੀ ਚ ਕੰਮ ਕਰਨ ਦਾ ਮੌਕਾ ਮਿਲਿਆ ਤੇ ਵਾਕਈ ਮੈਂ ਪੂਰੀ ਰਾਤ ਨਹੀਂ ਸੋਈ ਉਸ ਦਿਨ ਕਿ ਵਾਕਈ ਮੈਨੂੰ ਇੰਨੇ ਵੱਡੀ ਮੂਵੀ ਚ ਕੰਮ ਕਰਨ ਦਾ ਮੌਕਾ ਮਿਲੇਗਾ ਔਰ ਉਸ ਤੋਂ ਬਾਅਦ ਮੇਰੀ ਪਹਿਚਾਨ ਲੋਕਾਂ 'ਚ ਹੋਰ ਵੀ ਵੱਧ ਗਈ ਹਨਾ ਲੋਕਾਂ 'ਚ ਕ੍ਰੇਜ਼ ਵੱਧ ਗਿਆ ਹੋਰ ਮਤਲਬ ਮੂਵੀਜ਼ ਇੱਕ ਤੋਂ ਇੱਕ ਬਾਅਦ ਹੋਰ ਵੱਧੀਆਂ ਗਈਆਂ ਲਾਈਫ ਹੋਰ ਸੋਹਣੀ ਹੋਣ ਲੱਗ ਗਈ ਸੋ ਲੋਕ ਤਾਂ ਦੇਖੋ ਕ੍ਰਿਟੀਸਾਈਜ਼ ਕਰਨਗੇ ਕਿਸੇ ਵੀ ਕੰਮ 'ਚ ਤੁਸੀਂ ਚੰਗਾ ਕੰਮ ਕਰੋਗੇ ਨਾ ਤੇ ਲੋਕ ਤੁਹਾਡੀ ਟਾਂਕੇ ਚਾਈ ਕਰਨਗੇ ਵੀ ਤੁਸੀਂ ਪਿੱਛੇ ਰਵੋ ਪਿੱਛੇ ਰਵੋ ਬਟ ਅਸੀਂ ਜਦੋਂ ਉਹਨੂੰ ਪਾਰ ਕਰਕੇ ਅੱਗੇ ਲੰਘ ਜਾਂਦੇ ਆ ਨਾ ਤੇ ਫਿਰ ਉਹ ਲੋਗ ਉਹ ਹੀ ਲੋਗ ਤੁਹਾਡੀ ਸ਼ਲਾਗਾ ਵੀ ਕਰ ਦਿੰਦੇ ਨੇ ਫਿਰ ਵਾਹ ਵੀ ਵਾਹ ਬਹੁਤ ਸੋਹਣਾ ਕੰਮ ਕੀਤਾ ਬਹੁਤ ਵਧੀਆ ਕੀਤਾ ਫਿਰ ਕਹਿੰਗੇ ਅਸੀਂ ਇਹਨੂੰ ਪੁਸ਼ ਕੀਤਾ ਸੀਗਾ ਇਹਨੂੰ ਬਹੁਤ ਵਧੀਆ ਕਰਨ ਲਈ ਅਸੀਂ ਉਹ ਕਿਹਾ ਸੀਗਾ ਫਿਰ ਬੜੇ ਲੋਕ ਆ ਕੇ ਵਧਾਈਆਂ ਵੀ ਦਿੰਦੇ ਨੇ ਹਾਂ ਇਹ ਕਿੰਨਾ ਚੀਜ਼ ਜਿਹੜੀ ਸਾਡੇ ਸਮਾਜ ਦੀਆਂ ਔਰਤਾਂ ਦੇ ਵਿੱਚ ਅਕਸਰ ਅਸੀਂ ਦੇਖਦੇ ਹਾਂ ਜਦੋਂ ਵਿਆਹ ਹੋ ਜਾਂਦਾ ਨਾ ਹਰ ਇੱਕ ਹੋਰ ਉਸ ਦੇ ਛੱਡ ਪਰਾ ਹੋਣ ਕੀ ਕਰਨਾ ਹੁਣ ਕਿਹੜਾ ਕਿਸੇ ਨੇ ਪਸੰਦ ਕਰਨਾ ਹੈ ਨਾ ਹੁਣ ਤੇ ਵਿਆਹ ਹੀ ਗਏ ਆ ਹੁਣ ਕੋਈ ਕੋਈ ਫਾਇਦਾ ਨਹੀਂ ਹੁਣ ਜਿੱਦਾਂ ਦੇ ਹੈਗੇ ਆ ਉਦਾਂ ਦੇ ਹੀ ਠੀਕ ਆ ਹਨਾ ਹੁਣ ਕਿਉਂਕਿ ਬੱਚਿਆਂ ਨੂੰ ਦੇਖਣਾ ਵੈ ਜੇ ਕੋਈ ਕੰਮਕਾਰ ਕਰਦੀ ਆ ਤੇ ਕੰਮਕਾਰ ਕਰਨਾ ਹੁਣ ਕਿਹੜਾ ਸਾਨੂੰ ਕਿਸਨੇ ਪਸੰਦ ਕਰਨਾ ਉਹਨਾਂ ਔਰਤਾਂ ਦੇ ਵਾਸਤੇ ਕੀ ਕਹੋਗੇ ਤੁਸੀਂ ਦੇਖੋ ਜੀ ਮੈਂ ਵੀ ਇਹੀ ਸੋਚਦੀ ਮਾਲਕ ਸੀਗੀ ਮੈਨੂੰ ਵੀ ਲੱਗਦਾ ਸੀਗਾ ਵੀ ਹਾਂ ਵਿਆਹ ਹੋ ਗਿਆ ਹੁਣ ਬੱਚੇ ਹੋ ਗਏ ਘਰ ਪਰਿਵਾਰ ਹੀ ਸਭ ਕੁਝ ਹੈ ਤੇ ਜੇ ਮੈਂ ਉਸ ਪੇਜੈਂਟ ਹੀ ਚੁਣਾ ਜਾਂਦੀ ਤੁਹਾਨੂੰ ਦੱਸਿਆ ਨਾ ਤੇ ਮੈਂ ਵੀ ਸ਼ਾਇਦ ਉਦਾਂ ਹੀ ਬੈਠੀ ਹੁੰਦੀ ਘਰ ਦੀ ਹਾਊਸ ਵਾਈਫ ਠੀਕ ਸੀਗੀ ਸੈਟੀਸਫਾਈਡ ਸੀਗੀ ਹਨਾ ਬਟ ਜਦੋਂ ਕਿਸੇ ਚੀਜ਼ ਨੂੰ ਪਾਣ ਦੀ ਇੱਛਾ ਹੁੰਦੀ ਹੈ ਨਾ ਤੇ ਫਿਰ ਆਪਣੇ ਆਪ ਹੀ ਸਭ ਕੁਝ ਵਧੀਆ ਲੱਗਣ ਲੱਗ ਜਾਂਦਾ ਔਰ ਰਸਤੇ ਵੀ ਮਿਲਣ ਲੱਗ ਜਾਂਦੇ ਸਾਰੀਆਂ ਬੰਦਸ਼ਾਂ ਟੁੱਟ ਜਾਂਦੀਆਂ ਨੇ ਜਦੋਂ ਅਸੀਂ ਆਪਣਾ ਰਿਸ਼ਤਾ ਆਪ ਚੁੰਨਦੇ ਹਾਂ ਨਾ ਫੇਰ ਸਾਨੂੰ ਪਤਾ ਹੁੰਦਾ ਕਿ ਅਸੀਂ ਕਿੱਥੇ ਜਾਣਾ ਹੈ ਤੇ ਕਿੱਦਾਂ ਜਾਣਾ ਹੈ ਮੈਨੂੰ ਲੱਗਿਆ ਪਹਿਲੇ ਕਿ ਮੈਂ ਆਪਣੇ ਆਪ ਨੂੰ ਸਹੀ ਕਿੱਦਾਂ ਕਰ ਸਕਦੀ ਆ ਨਾ ਦਿੱਖ ਕਿੰਨੀ ਇੰਪੋਰਟੈਂਟ ਹੈ ਸਾਡੀ ਓਵਰਆਲ ਪਰਸਨੈਲਿਟੀ ਕਿੰਨੀ ਇੰਪੋਰਟੈਂਟ ਹੈ ਕਿ ਸਭ ਤੋਂ ਪਹਿਲੇ ਤਾਂ ਸਾਨੂੰ ਸਾਡੀ ਸ਼ਕਲ ਦੇ ਕਿਸੇ ਨੇ ਪ੍ਰਭਾਵਿਤ ਹੋਣਾ ਤੇ ਮੈਨੂੰ ਲੱਗਿਆ ਮੈਂ ਬੜੀ ਭੋਟੀ ਤਾਜ਼ੀਆਂ ਪਹਿਲੇ ਕਿ ਉਹ ਨਾ weight ਘਟਾ ਕੀਤਾ ਜਾਵੇ ਵੀ ਇਹ ਕਿਹੜਾ ਮੁਸ਼ਕਿਲ ਕੰਮ ਹੈ ਸੋ ਮੈਂ ਉਹਦੇ ਤੇ ਹੀ ਕੰਮ ਕੀਤਾ ਯੋਗਾ ਕੀਤੀ ਸੈਰ ਕੀਤੀ ਆਪਣੀ ਡਾਈਟ ਨੂੰ ਕੰਟਰੋਲ ਕੀਤਾ ਵਧੀਆ-ਵਧੀਆ ਖਾਣਾ ਖਾਓ ਖਾਣੇ ਜੰਕ ਫੂਡ ਵੀ ਦੇਖੋ ਅੱਜਕੱਲ ਮਾਰਕੀਟ ਚ ਬਹੁਤ ਸਾਰੇ ਨੇ ਈਜ਼ੀ ਐ 5 ਮਿੰਟ ਚ ਬਣ ਜਾਂਦਾ ਹਨਾ ਬਟ ਅਸੀਂ ਉਹਨੂੰ ਨਾ ਅਪਣਾਉਂਦੇ ਹੋਏ ਤੇ ਵਧੀਆ ਖਾਣਾ ਖਾਈਏ ਨਾ ਤੇ ਆਪਣੀ ਜ਼ਿੰਦਗੀ ਨੂੰ ਅਸੀਂ ਬੜੀ ਖੂਬਸੂਰਤ ਬਣਾ ਸਕਦੇ ਆਂ ਉਮਰ ਦਾ ਪਤਾ ਹੀ ਨਹੀਂ ਲੱਗਦਾ ਫਿਰ ਨਾ ਸਹੀ ਗੱਲ ਐ ਅਸੀਂ ਸੋਹਣੇ ਹੋ ਜਾਂਦੇ ਆਂ ਹੋਰ ਵੀ ਜ਼ਿਆਦਾ ਯੋਗਾ ਨਾਲ ਬਹੁਤ ਫਿੱਟ ਵੀ ਹੋ ਜਾਂਦੇ ਆ ਫੁਰਤੀਲੇ ਹੋ ਜਾਂਦੇ ਆ ਹਰ ਕੰਮ ਕਰਨ ਦੀ ਸ਼ਕਤੀ ਡਬਲ ਹੋ ਜਾਂਦੀ ਹੈ ਹਾਂ ਹੈਨਾ ਸਿਹਤ ਬਹੁਤ ਸਾਰੀਆਂ ਬਿਮਾਰੀਆਂ ਵਿੱਚ ਦੂਰ ਭੱਜ ਜਾਂਦੀ ਹੈ ਬਿਲਕੁਲ ਜੀ ਬਿਲਕੁਲ ਜਦੋਂ ਅਸੀਂ ਫਿੱਟ ਐਂਡ ਫਾਈਨ ਹੁੰਦੇ ਆ ਨਾ ਹਰ ਇੱਕ ਚੀਜ਼ ਦੂਰ ਭੱਜਦੀ ਹੈ ਫਿਰ ਹਾਂ 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 ਬਿਲਕੁਲ ਕਿਉਂਕਿ ਜਦੋਂ ਅਸੀਂ ਆਸ ਪड़ोस ਦੀ ਗੱਲ ਕਰਦੇ ਆ ਚਰਨ ਜਾਂ ਅਸੀਂ ਆਪਣੇ ਰਿਸ਼ਤੇਦਾਰੀ ਦੀ ਗੱਲ ਕਰਦੇ ਆ ਬਹੁਤ ਸਾਰੇ ਲੋਕ ਹੈ ਹਮੇਸ਼ਾ ਤੁਹਾਡੀਆਂ ਲੱਤਾਂ ਖਿੱਚਦੇ ਆ ਹੈਨਾ ਇਹ ਹੀ ਨਹੀਂ ਕਿ ਤੁਹਾਡੀਆਂ ਲੱਤਾਂ ਖਿੱਚਦੇ ਮੈਨੂੰ ਲੱਗਦਾ ਤੁਹਾਡੇ ਪਰਿਵਾਰਕ ਮੈਂਬਰਾਂ ਦੀਆਂ ਲੱਤਾਂ ਵੀ ਖਿੱਚਦੇ ਆ ਹਾਂ ਜੀ ਕਦੀ ਐਦਾਂ ਦਾ ਮਹਿਸੂਸ ਹੋਇਆ ਵੀ ਕਿਸੇ ਨੇ ਆ ਕੇ ਤੁਹਾਡੇ ਘਰ ਵਿੱਚ ਹੀ ਗੱਲ ਕਹੀ ਹੋਵੇ ਛੱਡ ਪਰਾਂ ਰਹਿਣ ਦੇ ਹੁਣ ਇਸ ਉਮਰੇ ਕਾਹਨੂੰ ਭੇਜਣਾ ਆਪਣੀ ਆਪਣੀ ਜਨਾਨੀ ਨੂੰ ਜਾਂ ਆਪਣੀ ਵੋਟੀ ਨੂੰ ਇਸ ਕੰਮਕਾਰ ਵਿੱਚ ਕਦੀ ਐਦਾਂ ਹੋਇਆ ਬਹੁਤ ਵਾਰ ਜੀ ਜਦੋਂ ਮੈਂ ਤੁਹਾਨੂੰ ਦੱਸਿਆ ਮੈਂ ਸਟੱਡੀਜ਼ ਹੀ ਕਰਨੀ ਸ਼ੁਰੂ ਕੀਤੀ ਬੜੇ ਸਾਰੇ ਲੋਕਾਂ ਦਾ ਇਹ ਕਹਿਣਾ ਸੀਗਾ ਵੀ ਹੁਣ ਵਿਆਹ ਹੋ ਗਿਆ ਹੈ ਕਈ ਲੋਕ ਇਹ ਕਹਿੰਦੇ ਸੀ ਵੀ ਹੁਣ ਤਾਂ ਬਸ ਬੱਚੇ ਪਾਲ ਲਈ ਹੁਣ ਨੇ ਕੀ ਕਰਨਾ ਚਾਹੇ ਜਿੰਨੀ ਵੀ ਇੰਟੈਲੀਜੈਂਟ ਸੀਗੀ ਕੁਝ ਨਹੀਂ ਕਰਨਾ ਹੁਣ ਨੇ ਭਾਂਡੇ ਮਾਂਜਣੇ ਆ ਕਰਦੇ ਇਹ ਲੋਕਾਂ ਦੀ ਸੋਚ ਸੀ ਜਦੋਂ ਮੈਂ ਪੜਨਾ ਸ਼ੁਰੂ ਕੀਤਾ ਤੇ ਉਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਵੀ ਹਾਂ ਹੁਣ ਪੜ ਕੇ ਕੀ ਕਰਨਾ ਹੈ ਕਿਹੜਾ ਸੀ ਨੌਕਰੀ ਕਰਨੀ ਹੈ ਕੋਈ ਘਰ ਚ ਕਮੀ ਹੈ ਵੀ ਜਿਹੜਾ ਤੁਸੀਂ ਨੌਕਰੀ ਕਰਾਣੀ ਹੈ ਨੂੰ ਨੂੰ ਪੜਾ ਰਹੇ ਹੋ ਤੁਸੀਂ ਲੋਕ ਇਦਾਂ ਕਹਿਣ ਲੱਗ ਗਏ ਫਿਰ ਜਦੋਂ ਮੈਂ ਮੂਵੀਜ਼ ਵਿੱਚ ਤੁਹਾਨੂੰ ਕਹਿ ਕੰਮ ਕਰਨਾ ਸ਼ੁਰੂ ਕੀਤਾ ਫ ਨਾ ਸ਼ੁਰੂ ਕਰ ਦਿੱਤਾ ਵੀ ਤੁਹਾਨੂੰ ਕੋਈ ਕਮੀ ਪਈ ਹੈ ਤੁਸੀਂ ਕਾਨੂੰ ਕੰਮ ਕਰਾਣ ਲੱਗੇ ਨੂੰ ਤੋਂ ਹਾਈ ਹਾਈ ਪੈਸੇ ਘਟ ਗਏ ਤੁਹਾਡੇ ਕੋਲ ਤੁਸੀਂ ਲੋਕਾਂ ਨੂੰ ਤੋਂ ਕੰਮ ਕਰਾ ਰਹੇ ਹੋ ਅੱਜ ਮਤਲਬ ਲੋਕ ਜਿਹੜੇ ਹਨ ਉਹ ਕਿਸੇ ਵੀ ਪਾਸੇ ਤੁਹਾਨੂੰ ਜੀਨ ਨਹੀਂ ਦੇਣਗੇ ਜੇ ਤੁਸੀਂ ਪੜਦੇ ਆ ਤਾਂ ਵੀ ਜੇ ਤੁਸੀਂ ਪੜ ਕੇ ਘਰ ਬੈਠੇ ਤਾਂ ਵੀ ਲੈ ਪੜ ਕੇ ਕੀ ਕੀਤਾ ਕੀ ਫਾਇਦਾ ਹੋਇਆ ਪੜਾਣ ਦਾ ਮਤਲਬ ਕਿਸੇ ਵੀ ਪਾਸੇ ਉਹ ਤੁਹਾਨੂੰ ਟਿਕਨ ਨਹੀਂ ਦਿੰਦੇ ਹਾਂ ਸੋ ਉਹਨਾਂ ਦੀ ਪਰਵਾਹ ਨਾ ਕਰੋ ਤੇ ਤੁਸੀਂ ਆਪਣੇ ਰਾਹ ਤੇ ਚੱਲੋ ਜੇਕਰ ਤੁਸੀਂ ਸਹੀ ਰਾਹ ਤੇ ਸਹੀ ਮੰਜ਼ਿਲ ਵੱਲ ਚੱਲ ਰਹੇ ਹੋ ਨਾ ਤਾਂ ਲੋਕਾਂ ਦੀ ਪਰਵਾਹ ਨਾ ਕਰੋ ਇੱਕ ਦਿਨ ਉਹੀ ਤੁਹਾਨੂੰ ਕਹਿੰਦਾ ਥਾਪੜਾ ਵੀ ਦੇਣ ਆਂਦੇ ਨੇ ਫਿਰ ਜਦੋਂ ਅਸੀਂ ਕੁਝ ਅਚੀਵ ਕਰ ਲੈਂਦੇ ਨਾ ਫਿਰ ਕਹਿੰਦੇ ਵਾਹ ਵੀ ਵਾਹ ਦੇਖਿਆ ਕੁੜੀ ਨੇ ਕਰਕੇ ਦਿਖਾਇਆ ਜੋ ਇਹ ਕਹਿੰਦੀ ਸੀ ਇਹਨੇ ਕਰਕੇ ਦਿਖਾਇਆ ਸੋ ਲੋਕਾਂ ਦੀ ਸੋਚ ਸਮੇਂ-ਸਮੇਂ ਤੇ ਬਦਲਦੀ ਰਹਿੰਦੀ ਹੈ ਇਹ ਕਹਿੰਦਾ ਇੱਕ ਹੋਰ ਚੀਜ਼ ਆ ਅਸੀਂ ਅਕਸਰ ਇਹ ਕਹਿੰਦੇ ਆ ਲੈ ਇਹ ਮੁੰਡਾ ਆ ਇਹ ਕਰ ਲੂਗਾ ਇਹ ਕਰ ਲੂਗਾ ਇਹਨੂੰ ਰਹਿਣ ਦੋ ਇਥੋਂ ਤੱਕ ਕਿ ਅੱਜ ਵਿਦੇਸ਼ ਭੇਜਣ ਦੇ ਨਾਮ ਦੇ ਉੱਤੇ ਵੀ ਜ਼ਿਕਰ ਕੀਤਾ ਜਾਂਦਾ ਲੋਕ ਕਹਿੰਦੇ ਨੇ ਵੀ ਬਾਹਰ ਭੇਜ ਦੋ ਆਪਣੇ ਬੱਚਿਆਂ ਨੂੰ ਇੱਥੇ ਕੀ ਪਿਆ ਵੇ ਇੱਥੇ ਕੀ ਕਰ ਲਈਏ ਇੱਕ ਬਹੁਤ ਵੱਡੀ ਇੱਕ ਤੁਸੀਂ ਉਦਾਹਰਣ ਹੋ ਮੈਨੂੰ ਲੱਗਦਾ ਕਿ ਇੱਥੇ ਬਹੁਤ ਕੁਝ ਆ ਪਰ ਮਾਪੇ ਚਾਹੁੰਦੇ ਨੇ ਕਿ ਸਾਡੇ ਬੱਚੇ ਜਿਹੜੇ ਨੇ ਉਹ ਵਿਦੇਸ਼ ਵਿੱਚ ਜਾ ਕੇ ਸੈਟਲ ਹੋਣ ਵਿਦੇਸ਼ ਦੇ ਵਿੱਚ ਜਾ ਕੇ ਰਹਿਣ ਉੱਥੇ ਜਾ ਕੇ ਸਕਸੈਸ ਹੋਣ ਇੱਥੇ ਸਕਸੈਸ ਹੋਣ ਦਾ ਮੰਤਰਾਂ ਤੁਹਾਨੂੰ ਕੀ ਲੱਗਦਾ ਕੀ ਹੋ ਸਕਦਾ ਮਿਹਨਤ ਸਭ ਤੋਂ ਪਹਿਲੇ ਹਾਰਡ ਵਰਕ ਦੇਖੋ ਮੈਂ ਹਮੇਸ਼ਾ ਇੱਕ ਗੱਲ ਕਹਿੰਦੀ ਹੁੰਦੀ ਆ ਜਿੰਨੂੰ ਕੰਮ ਕਰਨ ਦਾ ਤਰੀਕਾ ਨਾ ਉਹਨੂੰ ਇੱਥੇ ਹੀ ਅਮਰੀਕਾ ਲੋੜਨੀ ਆ ਬਾਹਰ ਭੱਜੀਏ ਲੋੜਨੀ ਆ ਕਿਸੇ ਦੇ ਪਿੱਛੇ ਲੱਗ ਕੇ ਚੱਲੀਏ ਇਹ ਦੇਖੋ ਤੁਹਾਡਾ ਬੱਚਾ ਕਿੱਥੇ ਸੈਟੀਸਫਾਈਡ ਹੈ ਉਹ ਕੀ ਕਰਨਾ ਚਾਹੁੰਦਾ ਹੈ ਉਹ ਕੀ ਬੰਨਾ ਚਾਹੁੰਦਾ ਹੈ ਅੱਜ ਵਾਕਈਏ ਹੋੜ ਲੱਗ ਚੁੱਕੀ ਹੈ ਹਰ ਕੋਈ ਚਾਹੁੰਦਾ ਕਿ ਮੇਰਾ ਬੱਚਾ ਪਲੱਸ 2 ਕੀਤੀ ਆ ਚਲੋ ਇਹਨੂੰ ਬਾਹਰ ਭੇਜ ਦੋ ਵਿਦੇਸ਼ ਉੱਥੇ ਹੀ ਸੈੱਟ ਹੋ ਸਕਦਾ ਕਿਉਂ ਇੱਥੇ ਕਿਉਂ ਨਹੀਂ ਹੋ ਸਕਦਾ ਇੰਡੀਆ 'ਚ ਕਿਸ ਚੀਜ਼ ਦੀ ਕਮੀ ਹੈ ਮਿਹਨਤ ਜੇਕਰ ਬਾਹਰ ਜਾ ਕੇ ਕਰਨੀ ਮਿਹਨਤ ਐਸੀ ਇੱਥੇ ਕਿਉਂ ਨਹੀਂ ਕਰ ਸਕਦੇ ਬਹੁਤ ਸਾਰੀਆਂ ਐਗਜ਼ਾਮਪਲਸ ਅਸੀਂ ਦੇਖਦੇ ਆ ਅੱਜ ਸਮਾਜ ਵਿੱਚ ਜਿਹੜੇ ਇੰਡੀਆ 'ਚ ਰਹਿ ਕੇ ਬਹੁਤ ਸਕਸੈਸਫੁਲ ਨੇ ਇਹਦਾ ਮਤਲਬ ਇਹ ਥੋੜੀ ਨਾ ਕਿ ਉਹ ਵਿਦੇਸ਼ ਗਏ ਨੇ ਜਾਂ ਵਿਦੇਸ਼ ਤੋਂ ਪੜ੍ਹ ਕੇ ਆਏ ਨੇ ਇੱਥੇ ਦੇ ਲੋਕ ਬਾਹਰ ਜਾ ਕੇ ਬਹੁਤ ਸਕਸੈਸਫੁਲ ਨੇ ਹੂੰ ਬਿਲਕੁਲ ਜ਼ਰੂਰੀ ਨਹੀਂ ਹੈ ਸਭ ਤੋਂ ਵੱਡਾ ਮੰਤਰ ਹੈ ਇਹੀ ਹੈ ਮਿਹਨਤ ਤੁਸੀਂ ਮਿਹਨਤ ਕਿੰਨੀ ਕਰਦੇ ਹੋ ਆਪਣੇ ਆਪ ਨੂੰ ਕਿੰਨਾ ਤੁਸੀਂ ਸਵਾਲਦੇ ਹੋ ਆਪਣੇ ਆਪ ਨੂੰ ਕਿੰਨਾ ਸੁਧਾਰਦੇ ਹੋ ਸਮਾਜ ਨੂੰ ਅਸੀਂ ਬਾਅਦ ਚ ਸੁਧਾਰਾਂਗੇ ਪਹਿਲੇ ਆਪਣੇ ਆਪ ਨੂੰ ਅਸੀਂ ਕੀ ਦੇ ਰਹੇ ਹਾਂ ਹੂੰ 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 ਅਸੀਂ ਜ਼ਿੰਦਗੀ 'ਚ ਆਏ ਹਾਂ ਉਹਦਾ ਇੱਕ ਮਕਸਦ ਹੈ ਉਹਦਾ ਇੱਕ ਟੀਚਾ ਹੈ ਹੂੰ ਅਸੀਂ ਪਰਮਾਤਮਾ ਦੇ ਨਾਲ ਜੁੜ ਕੇ ਉਸਰ ਉਸਦੇ ਬਣਾਏ ਰਾਹ ਤੇ ਤੁਰ ਕੇ ਬਹੁਤ ਕੁਝ ਅਚੀਵ ਕਰ ਸਕਦੇ ਆ ਹੂੰ 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 ਬਿਲਕੁਲ ਇੱਕ ਨਾ ਚੀਜ਼ ਸਾਡੇ ਸਮਾਜ ਦੇ ਵਿੱਚ ਇਹ ਬੜੀ ਹੈ ਕਿ ਜਦੋਂ ਤੁਹਾਡਾ ਵਿਆਹ ਹੋਇਆ ਸੀ ਪਲੱਸ 2 ਵੀ ਨਹੀਂ ਸੀ ਕੀਤੀ ਠੀਕ ਹੈ ਇੱਕ ਚੰਗੇ ਪਰਿਵਾਰ ਨਾਲ ਤੁਸੀਂ ਸੰਬੰਧ ਸੀਗੇ ਤੁਹਾਡੇ ਆ ਕਹਿ ਲਓ ਕਿ ਇੱਕ ਬਿਜ਼ਨਸ ਕਲਾਸ ਫੈਮਿਲੀ ਸੀਗੀ ਤੇ ਕੇ ਪਰਿਵਾਰ ਵੀ ਚੰਗਾ ਸੀ ਸਹੁਰਾ ਪਰਿਵਾਰ ਵੀ ਚੰਗਾ ਸੀ ਇੱਕ ਉਹ ਸਮਾਂ ਸੀ ਜਦੋਂ ਕਰ ਦਿੱਤਾ ਵਿਆਹ ਅੱਜ ਦੇ ਦਿਨ ਸਮਾਜ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਲੋਕ ਕਹਿੰਦੇ ਨੇ ਵੀ ਅਸੀਂ ਬੇਟੀ ਨੂੰ ਪੜਾਉਣਾ ਨਹੀਂ ਹੈ ਬਹੁਤਾ ਫਟਾਫਟ ਵਿਆਹ ਕਰ ਦੋ ਇਹ ਤਕਰੀਬਨ ਮੀਡਲ ਕਲਾਸ ਫੈਮਿਲੀ ਜਾਂ ਲੋਅ ਕਲਾਸ ਫੈਮਿਲੀ ਦੇ ਵਿੱਚ ਆਉਂਦਾ ਉਹਨਾਂ ਨੂੰ ਕੀ ਕਹੋਗੇ ਬਿਲਕੁਲ ਜੀ ਸਮਾਜ ਦੇਖੋ ਜੀ ਮੈਂ ਤੁਹਾਨੂੰ ਦੱਸਿਆ ਸੀ ਸੋਚ ਕਿਸੇ ਦੀ ਬਦਲ ਨਹੀਂ ਸਕਦੇ ਕਦੀ ਵੀ ਲੋਕ ਅੱਜਕੱਲ ਸਮਾਜ ਵਿੱਚ ਦੇਖ ਰਹੇ ਨੇ ਬੜਾ ਕੁਝ ਗਲਤ ਹੋ ਰਿਹਾ ਜਿਹਦੇ ਕਰਕੇ ਉਹਨਾਂ ਨੂੰ ਲੱਗਦਾ ਕਿ ਵਿਆਹ ਦੋਤੇ ਉਹ ਸੇਫ ਨੇ ਹਮ ਸੇਫਟੀ ਤਾਂ ਮੈਂ ਤੁਹਾਨੂੰ ਕਿਹਾ ਕੁੜੀਆਂ ਦੀ ਕਿਤੇ ਵੀ ਆਪਣੇ ਆਪ ਲਈ ਅਸੀਂ ਸੇਫ ਆਣਾ ਤੇ ਸਭ ਸਹੀ ਹੈ ਤੇ ਉਹ ਪਰਿਵਾਰ ਨੂੰ ਲੱਗਦਾ ਵੀ ਹਾਂ ਵਿਆਹ ਦਿੱਤਾ ਸੀ ਇੱਕ ਜ਼ਿੰਮੇਵਾਰੀ ਤੋਂ ਉਹਨਾਂ ਮੁਕਤ ਹੋ ਗਏ ਆ ਵੀ ਹਾਂ ਉਹ ਆਪਣੇ ਘਰ ਚੱਲੀ ਗਈ ਆ ਤਾਂ ਵਧੀਆ ਇਦਾਂ ਨਹੀਂ ਆ ਬਿਲਕੁਲ ਵੀ ਉਹਨੂੰ ਪੈਰਾ ਤੇ ਖੜੇ ਹੋਣ ਦਾ ਵੀ ਹੱਕ ਹੈ ਉਹਨੂੰ ਆਪਣੇ ਸੁਪਨੇ ਪੂਰੇ ਕਰਨ ਦਾ ਵੀ ਹੱਕ ਹੈ ਬਿਲਕੁਲ ਉਹਨੂੰ ਪੁੱਛਣਾ ਚਾਹੀਦਾ ਕਿ ਹਾਂ ਵਾਕਈ ਤੂੰ ਦੱਸ ਮੈਨੂੰ ਲੱਗਦਾ ਹੈ ਉਸ ਟਾਈਮ ਜਦੋਂ ਮੇਰਾ ਵਿਆਹ ਹੋਇਆ ਮੈਂ ਵੀ ਰਜ਼ਾਮੰਦ ਨਹੀਂ ਸੀ ਮੈਨੂੰ ਲੱਗਦਾ ਸੀ ਮੈਂ ਪੜ੍ਹਨਾ ਹੈ ਬਟ ਠੀਕ ਹੈ ਮੇਰੇ ਘਰਦਿਆਂ ਨੇ ਕਿਹਾ ਕਿ ਅਸੀਂ ਤੈਨੂੰ ਪੜ੍ਹਾਵਾਂਗੇ ਤੇ ਉਹਨਾਂ ਨੇ ਉਹ ਵਾਅਦਾ ਪੂਰਾ ਵੀ ਕੀਤਾ ਜੋ ਨਾ ਕਰਦੇ ਤਾਂ ਪਤਾ ਨਹੀਂ ਮੈਂ ਕਿੱਥੇ ਹੁੰਦੀ ਅੱਜ ਸੋ ਜ਼ਰੂਰੀ ਹੈ ਕਿ ਬੱਚਾ ਕੀ ਚਾਹੁੰਦਾ ਹੈ ਉਹਦੇ ਲਈ ਮਾਪਿਓ ਤਾਂ ਹਮੇਸ਼ਾ ਹੀ ਚੰਗਾ ਸੋਚਦੇ ਨੇ ਉਹ ਕਦੇ ਵੀ ਆਪਣੇ ਬੱਚੇ ਦਾ ਬੁਰਾ ਨਹੀਂ ਸੋਚਦੇ ਅੱਜ ਕੱਲ ਸਮਾਜ ਜੋ ਵੀ ਅਸੀਂ ਦੇਖ ਰਿਹਾ ਤੇ ਉਹ ਪੇਰੈਂਟਸ ਨੂੰ ਲੱਗਦਾ ਕਿ ਹਾਂ ਅਸੀਂ ਇੱਕ ਜ਼ਿੰਮੇਵਾਰੀ ਤੋਂ ਪਰੇ ਮੁਕਤ ਹੋ ਗਏ ਆ ਕਿ ਪੜ ਗਈ ਹੈ ਤਾਂ ਚਲੋ ਇਹਦਾ ਵਿਆਹ ਕਰ ਦਈਏ ਹਮ ਹਮ ਭਾਵੇਂ ਅੱਜ ਦੇ ਸਮੇਂ 'ਚ ਅਸੀਂ ਦੇਖ ਰਹੇ ਹਾਂ ਔਰਤਾਂ ਕੀ ਨਹੀਂ ਕਰ ਰਹੀਆਂ ਬੜੀਆਂ ਫੀਲਡ 'ਚ ਕੰਮ ਕਰ ਰਹੀਆਂ ਨੇ ਉਹ ਜੌਬ ਕਰਦੀਆਂ ਨੇ ਪਾਇਲਟ ਨੇ ਹਰ ਇੱਕ ਵਧੀਆ ਕੰਮ ਕਰ ਰਹੀਆਂ ਨੇ ਕੁੜੀਆਂ ਬਟ ਕਿਤੇ ਨਾ ਕਿਤੇ ਮਾਪਿਆਂ ਨੂੰ ਲੱਗਦਾ ਕਿ ਵਿਆਹ ਕੇ ਨਾ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਅਨੂ ਹਾਂ ਬਟ ਰਾਸ਼ਟਰਪਤੀ ਵੀ ਹੈ ਹਾਂ ਬਟ ਰਾਸ਼ਟਰਪਤੀ ਵੀ ਹਰ ਇੱਕ ਚੀਜ਼ ਕੁੜੀਆਂ ਕਰ ਰਹੀਆਂ ਨੇ ਸੋ ਇਸ ਕਰਕੇ ਪਰਿਵਾਰਾਂ ਨੂੰ ਲੱਗਦਾ ਕਿ ਹਾਂ ਅਸੀਂ ਇੱਕ ਆਪਣੀ ਧੀ ਦਾ ਨਾ ਵਿਆਹ ਕਰ ਦਿੱਤਾ ਤੇ ਅਸੀਂ ਹੁਣ ਸੈਟੀਸਫਾਈਡ ਆ ਆਪਣੇ ਘਰ 'ਚ ਖੁਸ਼ ਆ ਹੋਰ ਕੀ ਚਾਹੀਦਾ ਬਿਲਕੁਲ ਸੋ ਕੀ ਕਹਿਣਾ ਚਾਹੁੰਦੇ ਹੋ ਸਾਡੇ ਸਮਾਜ ਨੂੰ ਸੇਧ ਕੀ ਦੇਣਾ ਚਾਹੁੰਦੇ ਹੋ ਇਹ ਨਾ ਕਹੀਓ ਵੀ ਮੈਂ ਛੋਟੀਆਂ ਵਾ ਦੇ ਨਹੀਂ ਸਕਦੀ ਪਰ ਮੈਂ ਚਾਹੁੰਦੀ ਨਹੀਂ ਕਿ ਤੁਸੀਂ ਜ਼ਰੂਰ ਦੱਸੋ ਸਾਡੇ ਸਮਾਜ ਨੂੰ ਕਿ ਕਿਸ ਤਰੀਕੇ ਦੇ ਨਾਲ ਅਸੀਂ ਆਪਣੀਆਂ ਕੁੜੀਆਂ ਨੂੰ ਅੱਗੇ ਵਧਾਈਏ ਕਿਵੇਂ ਜੜੀ ਹੈ ਉਹ ਕਾਮਯਾਬੀ ਹਾਸਲ ਕਰਨ ਕੀ ਕਹਿਣਾ ਚਾਹੁੰਦੇ ਹੋ ਖਾਸ ਤੌਰ ਦੇ ਉੱਤੇ ਮੈਂ ਹਮੇਸ਼ਾ ਇੱਕ ਗੱਲ ਕਹਿੰਦੀ ਹੁੰਦੀ ਆ ਕਿ ਸੁਪਨੇ ਉਹ ਨਹੀਂ ਹੁੰਦੇ ਜੋ ਅਸੀਂ ਨੀਂਦ 'ਚ ਦੇਖਦੇ ਹਾਂ ਸੁਪਨੇ ਉਹ ਹੁੰਦੇ ਨੇ ਜਿਹੜੇ ਨੀਂਦ ਹੀ ਆਨ ਨਹੀਂ ਦਿੰਦੇ ਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਨਾ ਸਾਨੂੰ ਮਿਹਨਤ ਕਰਨੀ ਚਾਹੀਦੀ ਹੈ ਕਿਸੇ ਦੀ ਵੀ ਗੱਲਾਂ ਚ ਆ ਕੇ ਆਪਣੇ ਸੁਪਨਿਆਂ ਨੂੰ ਕਦੀ ਨਾ ਦਬਾਓ ਬੜੀ ਜਗ੍ਹਾ ਸੀ ਦੇਖਦੇ ਆ ਕੁੜੀਆਂ ਸੁਸਾਈਡ ਕਰ ਰਹੀਆਂ ਨੇ ਕਿਉਂਕਿ ਉਹਨਾਂ ਨੂੰ ਜੀਣ ਨਹੀਂ ਦਿੱਤਾ ਜਾਂਦਾ ਕਈ ਵਾਰੀ ਸਮਾਜ ਸਾਡੇ ਤੇ ਇੰਨਾ ਪ੍ਰੈਸ਼ਰਾਈਜ਼ ਹੋ ਜਾਂਦਾ ਹੈ ਕਿ ਸਾਨੂੰ ਜੀਣ ਦਾ ਹੀ ਮੌਕਾ ਨਹੀਂ ਮਿਲਦਾ ਬੜੀਆਂ ਸਾਰੀਆਂ ਕੁੜੀਆਂ ਨੇ ਦਾਜ ਦੇ ਪ੍ਰਥਾ ਦੇ ਸੂਲੀ ਚੜ ਜਾਂਦੀਆਂ ਨੇ ਬੜਾ ਕੁਝ ਇਹੋ ਜਿਹਾ ਸਮਾਜ ਵਿੱਚ ਹੋ ਰਿਹਾ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਉਹਨਾਂ ਨੂੰ ਦਬਾਇਆ ਜਾ ਰਿਹਾ ਸੋ ਜਦੋਂ ਅਸੀਂ ਕੁੜੀਆਂ ਨੂੰ ਖੁੱਲਾ ਸਮਾਨ ਦਿੰਨੇ ਆ ਨਾ ਉਹਨਾਂ ਨੂੰ ਸੁਪਨੇ ਜੀਣ ਦਾ ਮੌਕਾ ਦਿੰਨੇ ਆ ਤੇ ਕੁੜੀਆਂ ਕੀ ਨਹੀਂ ਕਰ ਸਕਦੀਆਂ ਸੋ ਸਭ ਤੋਂ ਪਹਿਲੇ ਆਪਣੇ ਸੁਪਨੇ ਪੂਰੇ ਕਰੋ ਜੇ ਮੈਂ ਕਰ ਸਕਦੀਆਂ ਤੇ ਤੁਸੀਂ ਵੀ ਕਰ ਸਕਦੇ ਹੋ ਤੇ ਕੋਈ ਵੀ ਕਰ ਸਕਦਾ ਜੇ ਮੈਂ ਅੱਜ ਇੱਥੇ ਪਹੁੰਚੀ ਆ ਤੇ ਕੋਈ ਵੀ ਪਹੁੰਚ ਸਕਦਾ ਹੈ ਉਮੀਦ ਨਾ ਹਾਰੋ ਕਦੀ ਵੀ ਸੁਪਨੇ ਆਪਣੇ ਪੂਰੇ ਕਰੋ ਤੇ ਬਸ ਉਹਦੀ ਲਗਨ ਵਿੱਚ ਲੱਗ ਜਾਓ ਮਿਹਨਤ ਕਰੋ education ਸਿੱਖਿਆ ਹਾਸਿਲ ਕਰੋ ਜਿੰਨੀ ਤੁਸੀਂ ਆਪਣੇ ਆਪ ਨੂੰ ਸਿੱਖਿਅਤ ਕਰਦੇ ਹੋ ਜਿੰਨੇ ਕੌਨਫिडेंट ਹੁੰਦੇ ਹੋ ਨਾ ਤੁਸੀਂ ਆਪਣੀ ਗੱਲ ਕਰਕੇ ਪ੍ਰਭਾਵਿਤ ਕਰ ਸਕਦੇ ਹੋ ਮੈਨੂੰ ਲੱਗਦਾ ਹੈ ਕੋਈ ਨਹੀਂ ਸਕਦਾ ਬਿਲਕੁਲ 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 ਸੋ ਬਹੁਤ ਚੰਗਾ ਲੱਗਾ ਚਰਨਪ੍ਰੀਤ ਗੱਲਬਾਤ ਕਰਕੇ ਮੈਨੂੰ ਖੁਦ ਨੂੰ ਇੱਕ ਬੜੀ ਵੱਡੀ ਮੋਟੀਵੇਸ਼ਨ ਦਿੱਤੀ ਹੈ ਤੁਸੀਂ ਔਰ ਸਮਾਜ ਦੀਆਂ ਬਹੁਤ ਸਾਰੀਆਂ ਔਰਤਾਂ ਨੂੰ ਇਹਨਾਂ ਤੋਂ ਸਿੱਖਣ ਨੂੰ ਬੜਾ ਕੁਝ ਮਿਲਿਆ ਹੋਵੇਗਾ ਬਹੁਤ ਚੰਗਾ ਲੱਗਾ ਸਟੂਡੀਓ ਵਿੱਚ ਆਉਣ ਦੀ ਜਾਣਕਾਰੀ ਸਾਂਝੀ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਸੋ ਮਾਚ